ਕਿੱਥੇ ਰਹੇ ਆ ਯਾਰ ਤੂੰ? 3-4 ਦਿਨ 3-4 ਦਫ਼ਾ ਮੈਂ ਘਰ ਜਾ ਕੇ ਤੇਰੇ ਪਤਾ ਕੀਤਾ, ਉਹ ਕਹਿੰਦੇ ਕਦੀ ਐਂ ਨੂੰ ਗਿਆ ਜੀ, ਚਾਹ ਵਾਲੇ ਕੋਲ ਬੈਠਾ ਜੀ, ਮੈਂ ਲੱਭ ਲੱਭ ਤੈਨੂੰ ਥੱਕ ਗਿਆ। ਉਹ ਯਾਰ ਮੈਂ ਕਿੱਥੇ ਜਾਣਾ, ਮੈਂ ਇੱਥੇ ਸੀ ਬਾ, ਮੈਂ 4-5 ਦਿਨ ਨਾ ਬਾ ਮੈਂ ਉਸ ਕੰਮ ਤੇ ਰਿਹਾ ਜਿੱਥੇ ਬੰਦੇ ਨੂੰ ਹਰ ਇੱਕ ਨੂੰ ਨਾ ਜ਼ਿੰਦਗੀ 'ਚ ਇਹ ਕੰਮ ਕਰਨਾ ਚਾਹੀਦਾ, ਮੈਂ ਉਸ ਕੰਮ ਤੇ ਲਾਏ। ਮਤਲਬ ਕਿਤੇ ਕਬਰਸਤਾਨ, ਕਿਤੇ ਲੋਕਾਂ ਨੂੰ ਹੈਲਪ ਕਰਾਉਂਦਾ ਰਿਹਾ ਉੱਥੇ? ਕਿਹੜੇ ਕੰਮ ਲੱਗਾ ਰਿਹਾ ਤੂੰ? ਉਹ ਭਰਾਵਾ ਤੁਹਾਨੂੰ ਦੁਨੀਆਦਾਰੀ ਚੜੀ ਆ, ਤੁਹਾਨੂੰ ਇਹ ਨਹੀਂ ਪਤਾ ਭਈ ਕੀ ਚੱਲਣ ਦਿਆ। ਆਪਾਂ ਇੱਥੇ ਹਾ ਹਾ ਹੀ ਲਾਈ ਜਾਈਦੀ, ਐ ਨੂੰ ਚੱਲ ਜਾ ਉੱਥੋਂ, ਚਾਹ ਪੀ ਲਾ ਉੱਥੋਂ, ਪਾਨ ਖਾ ਲਾ। ਤੈਨੂੰ ਇਹ ਪਤਾ ਮਾੜਾ ਬੰਦਾ ਕਿੱਦਾਂ ਗੁਜ਼ਾਰਾ ਕਰਨ ਦਿਆ? ਮਾੜਾ ਬੰਦਾ ਤਾਂ ਵਿਚਾਰਾ ਮਰਨ ਦਿਆ, ਉਹਦੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ। ਆ 4-5 ਦਿਨ ਪਹਿਲੇ ਮੈਂ ਇੱਥੋਂ ਆ 4 ਨੰਬਰ ਗਲੀ 'ਚੋਂ ਲੰਘਿਆ ਵਾਂ। ਅੱਛਾ, ਉਹ ਬੈਠਾ ਸੀ ਯਾਰ ਫੈਜ਼ੀ। ਕਿਹੜਾ ਫੈਜ਼ੀ? ਉਹ ਦਰਜ਼ੀਆਂ ਦੇ ਨਾਲ ਨਹੀਂ, ਉਹ ਜਿਹਦੀ ਲੱਤ ਵੱਡੀ ਆ। ਅੱਛਾ ਅੱਛਾ ਅੱਛਾ, ਉਹ ਜਿਹੜਾ ਵਿਚਾਰਾ 3 ਪਹੀਆਂ ਵਾਲੀ ਸਾਈਕਲ ਤੇ ਫਿਰਦਾ? 3 ਪਹੀਆਂ ਵਾਲੀ ਸਾਈਕਲ ਤੇ ਫਿਰਦਾ। ਆਹੋ ਆਹੋ, ਉਹਦੀ ਲੱਤ ਵੱਡੀ, ਮੈਂ ਤੇਰੇ ਵਾਲੀ ਆਉਣ ਡਿਆ ਸੀ ਤੇ ਉਹਨੇ ਮੈਨੂੰ ਹੱਥ ਦੇ ਕੇ ਰੋਕ ਲਿਆ, ਕਹਿੰਦਾ ਭਜਨ ਕਿੱਧਰ ਚੱਲੇ ਹੋ? ਮੈਂ ਕਿਹਾ ਯਾਰ ਮੈਂ ਸਿਟੀ ਵੱਲ ਚੱਲਾਂ। ਅੱਛਾ, ਕਹਿੰਦਾ ਯਾਰ ਅੰਦਰੋਂ ਪਾਣੀ ਫੜਾ ਦੇ। ਅੱਛਾ, ਮੈਂ ਪਾਣੀ ਪੀਣਾ, ਕਦੋਂ ਦਾ ਵੇਖਣ ਡਿਆ ਕੋਈ ਆਵੇ ਤੈਨੂੰ ਕਹਾਂ ਪਾਣੀ ਦੇ ਦੇ। ਅੱਛਾ, ਓਹੋ ਭਾਈ ਭਾਈ, ਦਰ ਫਿਟਮ ਵੀ ਤੇਰੀ ਜ਼ਿੰਦਗੀ ਦਾ ਬਈ, ਇਹੋ ਜਿਹੇ ਬੰਦੇ ਮੁਹੱਲੇ 'ਚ ਹੋਣ ਤੇ ਪਾਣੀ ਵਾਸਤੇ ਤਰਸਣੀ ਆ। ਤਾਂ ਮੇਰੀ ਜ਼ਿੰਦਗੀ ਦਾ ਕਦੋਂ ਦੁਰ ਫਿਟਮ ਕਹਿਣ ਨੇ ਆ? ਮੈਂ ਮੇਰਾ 'ਚ ਕੀ ਗੁਨਾਹ ਵਾ? ਮੈਂ ਭਰਾਵਾ ਅੰਦਰੋਂ ਉਹਨੂੰ ਪਾਣੀ ਫੜਾਇਆ, ਪਾਣੀ ਤੇ ਫੜਾ ਦਿੱਤਾ। ਉਹ ਮੈਂ ਕਿਹਾ ਇਸ਼ਕੀ ਰਾਜਾ ਸਾਹਿਬ, ਤੁਸੀਂ ਤਾਂ ਜਦੋਂ ਦਿਲ ਕੀਤਾ ਕਿੱਕ ਮਾਰੀ ਐ ਨੂੰ, ਦਿਲ ਕਿੱਕ ਮਾਰੀ ਐ ਨੂੰ, ਆ ਬੰਦੇ ਦਾ ਵੀ ਕੋਈ ਹੋਣਾ ਚਾਹੀਦਾ। ਹੋਣਾ ਤਾਂ ਚਾਹੀਦਾ ਯਾਰ, ਹੁਣ ਸਾਡੇ ਪਿੰਡ ਦੇ ਸਾਡੇ ਬੇਲੀ ਵੀ ਰਹੇ, ਤੈਨੂੰ ਪਤਾ ਆਪਾਂ ਕਿੰਨੀ ਦੇਰ ਇਹਨਾਂ ਖੇਡਦੇ ਰਹੇ, ਕਾਫੀ ਚਿਰ ਖੇਡੇ ਆ। ਉਹ ਇਹ ਲਹਿਦਾ ਗੱਲ ਆ, ਵਿਚਾਰਾ ਕੋਠੇ ਤੋਂ ਡਿੱਗ ਪਿਆ ਸੀ, ਉਹਦੀ ਲੱਤ ਜਿਹੜੀ ਫ੍ਰੈਕਚਰ ਹੋ ਗਈ, ਡਾਕਟਰ ਨੇ ਕਿਹਾ ਕੱਟਣੀ ਪੈਣੀ ਆ। ਮੈਂ ਕਿਹਾ ਯਾਰ ਇਹੋ ਜਿਹੇ ਬੰਦੇ ਦਾ ਕੋਈ ਨਾ ਕੋਈ ਸਬੱਬ ਲੱਗਣਾ ਚਾਹੀਦਾ ਕਿ ਅਗਲਾ ਆਪਣਾ ਕੰਮ ਆਪ ਕਰ ਲਵੇ ਜਾਂ ਕੋਈ ਬੰਦਾ ਰੱਖ ਲਵੇ ਤਨਖਾਹ। ਨਹੀਂ ਗੱਲ ਵੱਡੀ ਤੇਰੀ, ਲੇਕਿਨ ਉਹਦੇ ਲਈ ਮੈਂ ਸੋਚਿਆ ਭਈ ਇਹਨੂੰ ਜੀ ਇੱਕ ਮੁੰਡਾ ਰਖਾ ਕੇ ਦਈਏ ਤੇ ਉਹ ਇਹਨੂੰ ਪਾਣੀ ਰੋਟੀ ਦੇ ਦਿਆ ਕਰੇ। ਮੁਲਾਜ਼ਮ ਕੋਈ? ਵੈਸੇ ਇਹ ਕੰਮ ਕਰ ਦੇ, ਮੈਨੂੰ ਤੂੰ ਯਕੀਨ ਕਰੇ ਕੰਮ ਕੋਈ ਨੀ। ਉਹ ਯਾਰ ਇਹ ਸੋਚ ਮੈਨੂੰ ਹੀ ਆਈ ਨਾ, ਤੈਨੂੰ ਤਾਂ ਨਹੀਂ ਨਾ ਆਈ ਭਈ ਦੁਰ ਫਿੜੇ ਮੂੰ ਤੇਰੀ ਜ਼ਿੰਦਗੀ ਦਾ ਯਾਰ, ਭਈ ਇਹੋ ਜਿਹੇ ਬੰਦੇ ਤਰਲੇ ਲੈਣ ਸਾਡੇ ਯਾਰ ਦੋਸਤ ਤੇ ਤੂੰ ਇੱਥੇ ਬੈਠਾ ਪੈਲੀਆਂ 'ਚ। ਮੇਰੀ ਜ਼ਿੰਦਗੀ ਦਾ ਕਾਹਦਾ ਦੁਰ ਫਿੜੇ ਮੂੰ? ਤੂੰ ਉਹਦਾ ਭਲਾ ਕਰਤਾ ਜਾਂ ਮੈਂ ਕਰਤਾ, ਗੱਲ ਤਾਂ ਯਾਰ ਇੱਕ ਹੀ ਆ ਨਾ। ਸਿੱਧੀ ਗੱਲ ਇੰਨੀ ਆ ਕਿ ਆਪਾਂ ਨਾ ਉਹਦਾ ਫੈਜ਼ੀ ਦਾ ਆਪਾਂ ਨਾ ਕੋਈ ਸਬੱਬ ਲਾਉਣਾ। ਸਬੱਬ ਕਿੱਦਾਂ ਦਾ ਲਾਉਣਾ? ਤੂੰ ਹੁਕਮ ਕਰੀ ਯਾਰ। ਮੈਂ ਕੱਲ ਦਾ ਪਲਾਨ ਬਣਾ ਰਿਹਾ, ਆ 4-5 ਦਿਨ ਨਾ ਮੈਂ ਇਲਾਕੇ 'ਚ ਮਾੜੇ ਲੋਕਾਂ ਦਾ ਹੀ ਵਿਜ਼ਿਟ ਕੀਤਾ। ਅੱਛਾ, ਮੈਨੂੰ ਪਤਾ ਲੱਗ ਗਿਆ ਕਿ ਯਾਰ ਇਹ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਵੀ ਹਿੱਸਾ, ਸਾਡੀ ਕਮਾਈ ਦੇ ਵਿੱਚ ਵੀ ਇਹਨਾਂ ਦਾ ਹਿੱਸਾ ਹੈਗਾ। ਕਿਉਂ ਨਹੀਂ ਹੈਗਾ? ਹੈ ਹੈਗਾ। ਆਪਾਂ ਜੀ ਆ 4 ਕਿਲੋ ਅੰਬ ਲੈਣ ਦੇ ਨਿਆਣਿਆਂ ਵਾਸਤੇ, ਤੇ ਕਿਹੜੀ ਗੱਲ ਆਉਂਦੇ ਹੋਏ 2 ਕਿਲੋ ਅੰਬ ਉਹਦੇ ਲਈ ਵੀ ਲੈਣ ਦੇ? ਆ ਇਹ ਤਾਂ ਹੈ, ਰੱਬ ਵੀ ਰਾਜੀ, ਬੰਦਾ ਵੀ ਰਾਜੀ ਵੱਡੀ। ਤੇ ਮੈਂ ਤੇ ਭਰਾਵਾ ਸੋਚ ਲਿਆ ਕਿ ਇਹ ਨਾ ਜ਼ਿੰਦਗੀ ਹੁਣ ਇਹ ਭਾ ਇਦਾਂ ਹੀ ਨਿਗਾਉਣੀ, ਮਦਦ ਤਾਂ ਕਰ ਦੇ ਇਹ। ਆ ਵੇਖ ਮੈਂ ਕੱਲ ਦਾ ਜੇਨ ਬਣਾ ਲਿਆ, ਇਹ ਆ 100 ਰੁਪਈਆ ਮੈਂ ਸੋਚਿਆ ਭਈ ਫੈਜ਼ੀ ਨੂੰ ਨਾ ਆਪਾਂ ਇਕੱਠੇ ਕਰਕੇ ਪੈਸੇ ਦੇਣੇ। ਆ 100 ਰੁਪਈਆ ਫੈਜ਼ੀ ਦਾ ਪਿਆ ਈ। ਅੱਛਾ, ਇਹ ਆ ਪਿਆ ਈ ਮੇਰੇ ਲੋ, ਠੀਕ ਆ। ਮੈਂ ਜਿਹੜੇ ਯਾਰ ਦੋਸਤ ਲੰਘੀ ਜਾਂਦੇ ਆ ਮੈਂ ਉਹਨਾਂ ਨੂੰ ਕਹੀ ਜਾਣਿਆ ਵੀ ਫੈਜ਼ੀ ਵਾਸਤੇ ਕੁਛ ਕਰਨਾ ਯਾਰ, ਠੀਕ ਆ। ਇੱਕ ਤੇ ਆਪਾਂ ਕੋਸ਼ਿਸ਼ ਕਰਕੇ ਉਹਦੀ ਨਕਲੀ ਲੱਤ ਵੀ ਲਵਾਉਣੀ ਆ, ਠੀਕ ਆ, ਤੇ ਦੂਆ ਉਹਦੇ ਵਾਸਤੇ ਕੋਈ ਬੰਦੇ ਦਾ ਵੀ ਬੰਦੋਬਸਤ ਕਰਨਾ। ਨਹੀਂ ਤਾਂ ਕੋਈ ਗੱਲ ਨਹੀਂ, ਆ 100 ਰੁਪਈਆ ਮੇਰਾ ਪਿਆ, ਤੇਰਾ ਸੀਡੀ ਕੁਛ ਬੰਦਾ ਸਰਦਾ ਤੇ ਇੱਥੇ ਰੱਖ ਦੇ। ਇਹ ਵੇਖ ਲਾ ਇਹ ਜ਼ਿੰਦਗੀ ਦਾ ਕੁਛ ਹਾਸਲ ਕਰਕੇ ਜਾਣਾ ਹੀ ਨਾ ਤੇ ਇਹ ਮਦਦ ਕਰਨੀ ਪੈਣੀ, ਨਹੀਂ ਤਾਂ ਫਿਰ ਦੁਰ ਫਿੜੇ ਮੂੰ ਤੇਰੀ ਜ਼ਿੰਦਗੀ ਦਾ ਯਾਰ। ਉਹ ਮੇਰੀ ਜ਼ਿੰਦਗੀ ਦਾ ਕਾਹਦਾ ਦੁਰ ਫਿੜੇ ਮੂੰ? ਅੱਲਾ ਮਾਫ ਕਰੇ, ਉਹਦੀ ਮਦਦ ਕਰਨੀ ਤਾਂ ਕਰ ਦਿੰਦੇ ਆਪਾਂ, ਇਹ ਭਲਾ ਇਹ ਕਿਹੜੀ ਗੱਲ ਆ? ਆ ਪਿਆ ਭਰਾਵਾ ਮੇਰਾ 100, ਇਹ ਕੋਈ ਜ਼ੋਰ ਦਾ ਜ਼ਬਰਦਸਤੀ ਨਹੀਂ, ਤੂੰ ਨਾਮ ਹੀ ਦੇਵੇਂ ਹਾਂ ਤੇ ਕੋਈ ਰੌਲਾ ਨਹੀਂ।
ਉਹ ਨਹੀਂ ਨਹੀਂ ਰੌਲਾ ਕਿਉਂ ਨਹੀਂ, ਆਹ ਫੜ ਤੂੰ, ਆਹ ਮੇਰੇ ਵੱਲੋਂ ਵੀ 100 ਆ ਗਿਆ ਯਾਰ, ਇਹ ਕਿਹੜੀ ਗੱਲ ਆ ਭਰਾ ਸਾਡਾ ਯਾਰ ਭਰਾ। ਆ ਹੋ ਗਿਆ ਜੀ 200 ਰੁਪਈਆ ਸਿੜੀ ਸਾਹਿਬ। ਹਾਂਜੀ, ਇਹ ਆਪਾਂ ਇੱਦਾਂ ਹੀ ਤੁਰੀ ਜਾਣਾ, ਕਾਰਵਾਂ ਜੁੜੀ ਜਾਣਾ, ਇਹ ਜਿਹੜਾ ਮਿਲਿਆ ਫੈਜ਼ੀ ਦੇ ਨਾਂ ਦੇ ਆਪਾਂ ਪੈਸੇ ਇਕੱਠੇ ਕਰਕੇ, ਉਹ ਅੱਲਾ ਨੇ ਬਥੇਰੀ ਬਰਕਤ ਪਾ ਦਿੱਤੀ। ਹਾਂ ਇਹ ਆ ਚੱਲਾ ਮੇਰੀ ਬੈਂਕ 'ਚ, ਖੱਬੀ ਬੈਂਕ 'ਚ। ਹਾਂ ਸਹੀ ਆ। ਅੱਛਾ ਜਿੱਦਣ ਨੇ ਦੇਣੇ ਆ ਨਾ ਇਕੱਠੇ ਕਰਕੇ, ਤੂੰ ਮੈਨੂੰ ਨਾਲ ਲੈ ਕੇ ਚੱਲੀ, ਆਪਾਂ ਦੋਨੇ ਭਰਾ। ਨਾ 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 ਨਾ, ਆ ਸੁਣਿਆ ਨਹੀਂ ਵੀ ਨੇਕੀ ਕਰ ਦਰਿਆ ਮੈਂ ਫੈਂਕ, ਇਹਦਾ ਕੀ ਮਤਲਬ ਆ ਭਲਾ? ਇਹਦਾ ਮਤਲਬ ਤੇਰਾ ਹੋ ਗਿਆ, ਤੂੰ ਸਮਝ ਲਾ, ਤੈਨੂੰ ਉੱਠਦੇ ਬੈਠੇ ਤੈਨੂੰ ਸਮਝ ਲਾ ਵੀ ਫੈਜ਼ੀ ਹੱਸ ਰਿਹਾ, ਐ ਨੂੰ ਵੇਖ, ਤੈਨੂੰ ਲੱਗਣਾ ਫੈਜ਼ੀ ਹੱਸ ਰਿਹਾ, ਐ ਨੂੰ ਵੇਖ, ਤੈਨੂੰ ਲੱਗਣਾ ਵੀ ਫੈਜ਼ੀ ਤੈਨੂੰ ਦੁਆਵਾਂ ਦਿੰਦੇ ਆ, ਇਹ ਤੇਰੇ ਵੱਲੋਂ ਹੋ ਗਏ। ਉਹ ਤਾਂ ਹੋ ਗਏ ਮੇਰੇ ਵੱਲੋਂ, ਮੈਂ ਕਹਿੰਦਾ ਕਿ ਚੱਲ ਮੈਂ ਵੀ ਚੱਲ ਉਹਨੂੰ ਮਿਲ ਆਉਂਦਾ ਯਾਰ। ਉਹ ਯਾਰ ਡੰਡ ਪਾ ਕੇ ਦੇਣੇ ਆ, ਜਦੋਂ ਇੱਕ ਬੰਦੇ ਦਾ ਕੰਮ ਕਰਨਾ, ਮੈਂ ਇਕੱਲੇ ਨੇ ਜਾਣਾ ਰਾਤ ਨੂੰ, ਅੱਧੀ ਰਾਤ ਨੂੰ ਜਾਵਾਂਗਾ, ਬੂਹਾ ਖੜਕਾਵਾਂਗਾ, ਜੇ ਕੋਈ ਬੰਦਾ ਹੋਇਆ ਤੇ ਅੱਗੇ ਲੰਘ ਜੂੰਗਾ, ਜੇ ਨਾ ਹੋਇਆ ਤੇ ਦੇ ਦੂੰਗਾ। ਭਰਾਵਾ ਮੈਂ ਕਦੋਂ ਕਿਹਾ ਵੀ ਜਾਣ ਲੱਗੇ ਮਸੀਤੇ ਐਲਾਨ ਕਰਾ ਕੇ ਜਾਣਾ ਵੀ ਹਜ਼ਰਾਤ ਫੈਜ਼ੀ ਕੇ ਘਰ ਹਮ ਪੈਸੇ ਦੇਣੇ ਜਾ ਰਹੇ ਹੈਂ, ਮੈਂ ਇਦਾਂ ਤਾਂ ਕਿਹਾ ਹੀ ਨਹੀਂ ਤੈਨੂੰ। ਓਏ ਇਦਾਂ ਤੂੰ ਕਰਾਵੇਂ ਤੇ ਫਿਰ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ। ਮੈਂ ਉਹ ਮੇਰੀ ਜ਼ਿੰਦਗੀ ਦਾ ਕਾਹਦਾ ਦੁਰ ਫਿਟੇ ਮੂੰਹ ਬਈ, ਤੂੰ ਚੰਗਾ ਮੇਰੇ ਦਿਵਾਲੇ ਹੋਇਆ, ਮੇਰੇ ਤੇ ਹੀ ਲਾਣ ਤਾਣ ਕਰੀਆਂ, ਇਹ ਹੱਥ ਔਲਾ ਰੱਖ ਜਰਾ। ਮੇਰਾ ਤਾਂ ਗੁਰਬਤ ਦੇਖ ਦੇਖ ਕੇ ਬੁਰਾ ਹਾਲ ਹੋਇਆ ਲੋਕਾਂ ਦੀ ਯਾਰ। ਯਾਰ ਕੋਈ ਨਹੀਂ, ਹੌਸਲਾ, ਮੈਂ ਤੇਰੇ ਨਾਲ ਆ, ਤੈਨੂੰ ਸਾਰੀ ਪਰੇਸ਼ਾਨੀ ਆ ਯਾਰ। ਮੈਂ ਕੱਲ ਸੋਚਿਆ, ਮੈਂ ਕਿਹਾ ਯਾਰ ਇਦਾਂ ਹੀ ਨਿਗਾਹਤੀ ਕਿਸੇ ਦਾ ਭਲਾ ਨਹੀਂ ਕੀਤਾ, ਫਿਰ ਮੇਰੇ ਦਿਨ ਚ ਤੇਰਾ, ਮੈਂ ਕਿਹਾ ਵੀ ਦੁਰ ਫਿਟੇ ਨੂੰ ਵੀ ਤੇਰਾ ਸਿਟੀ, ਤੂੰ ਇਦਾਂ ਹੀ ਜੇ ਦੁਨੀਆ ਤੋਂ ਚੱਲ ਜਾਵੇਂ ਯਾਰ, ਕਿਸੇ ਦਾ ਭਲਾ ਕੀਤੇ ਬਗੈਰ। ਉਹ ਭਲਾ ਕਰਾ ਪਰ ਦੁਰ ਫਿਟੋ ਨੂੰ ਮੇਤੇ ਤਾਂ ਨਾ ਪਾ। ਉਹ ਜਦੋਂ ਕਿਸੇ ਦਾ ਭਲਾ ਨਹੀਂ ਕਰਨਾ ਤੇ ਫਿਰ ਜ਼ਿੰਦਗੀ ਦਾ ਕੀ ਫਾਇਦਾ ਯਾਰ। ਤਾਂ ਤੂੰ ਕਿਹਾ ਮੈਂ ਕਰਤਾ ਦਿੱਤਾ ਭਲਾ, ਹੋਰ ਮੈਂ ਹੁਣ ਕੀ ਕਰਾਂ? ਆ ਮੈਂ ਉਹ ਜਿੱਦਾਂ ਕਿੱਦਾਂ ਵੀ ਰਾਤ ਕੱਢੀ ਸੋਚਦੇ, ਹਾਂ ਅਗਲੇ ਦਿਨ ਮੈਂ ਬਾਜ਼ਾਰ ਨਾਸ਼ਤਾ ਲੈਣ ਗਿਆ। ਅੱਛਾ, ਉਹ ਨੁੱਕਰ ਜੀ ਤੈਨੂੰ ਪਤਾ ਉਹਨੇ ਰਮਜ਼ਾਨ ਨੇ ਨਾਸ਼ਤਾ ਲਾਇਆ। ਆਹੋ ਆਹੋ, ਤੇ ਉਹ ਮੈਂ ਲੰਘਦਾ ਪਿਆ ਤੇ ਉਹ ਮਾਈ ਨੇਤਾ। ਅੱਛਾ ਮਾਈ ਨੇਤਾ, ਚੱਕੀ ਵਾਲੀ, ਚੱਕੀ ਵਾਲੀ ਉਹ ਬੈਠੀ ਤੇ ਮੈਂ ਜਦੋਂ ਮੈਂ ਲੰਘਿਆ ਤੇ ਮਾਈ ਨੇਤਾ ਨੇ ਆਵਾਜ਼ ਮਾਰ ਲਈ। ਅੱਛਾ, ਮਾਈ ਨੇਤਾ ਮੈਨੂੰ ਕਹਿੰਦੀ ਵੀ ਭਾਈ ਰਾਜਾ ਕਿੱਧਰ ਚੱਲਾਂ ਪੁੱਤ? ਮੈਂ ਕਿਹਾ ਮਾਈ ਇੱਥੇ ਚੱਲਾਂ ਨਾਸ਼ਤਾ ਲੈਣ। ਅੱਛਾ, ਤੇ ਕਹਿੰਦੀ ਪੁੱਤ ਗੱਲ ਤੇ ਸੁਣ। ਮੈਂ ਕਿਹਾ ਹਾਂ। ਕਹਿੰਦੀ ਮੈਂ ਥੱਕ ਗਈ ਆ, ਚੱਕੀ ਤੇ ਮਾੜੀ ਜੀ ਘੁਮਾ ਦੇ। ਓਏ ਹੋਏ, ਮੈਂ ਥੱਕ ਗਈ ਆ। ਤੇ ਤੂੰ ਘੁਮਾ ਦੇਣੀ ਸੀ ਚੱਕੀ? ਤੇ ਮੈਂ ਘੁਮਾ ਹੀ ਦਿੱਤੀ ਚੱਕੀ, ਹੋਰ ਮੈਂ ਚੱਕੀ ਦਾ ਕੀ ਬਿੱਲੀ ਰੱਖ ਕੇ ਆ ਗਿਆ ਯਾਰ। ਮਤਲਬ ਮੈਂ ਚੱਕੀ ਨੂੰ ਫੜਿਆ, ਦਾਣੇ ਪਾਵੇ ਉਹ, ਤੇ ਮੈਂ ਹਿਸਾਬ ਲਾਇਆ ਜ਼ੋਰ ਲਾ ਕੇ। ਮੈਂ ਕਿਹਾ ਯਾਰ ਬੁੱਢੀ ਮਾਈ ਆ, 70-80 ਸਾਲ ਉਮਰ ਹੋ ਚੱਲੀ ਹੈ, ਕਿੱਦਾਂ ਵਿਚਾਰੀ ਸਾਰੀ ਦਿਹਾੜੀ। ਔਖਾ ਕੰਮ, ਔਖਾ ਕੰਮ। ਔਰ ਮੈਂ ਕਿਹਾ ਵੀ ਦੁਰ ਫਿੜੇ ਮੂੰਹ ਵੀ ਸਿੱਧੀ ਤੇਰੀ ਜ਼ਿੰਦਗੀ ਦਾ, ਇਹ ਸਾਡਾ ਕੀ ਫਾਇਦਾ ਵੀ ਅਸੀਂ ਇਦਾਂ ਹੀ ਜ਼ਿੰਦਗੀ ਕੱਢੀ ਜਾਂਦੇ ਹਾਂ। ਦੁਰ ਫਿੜੇ ਮੂੰਹ ਤੇਰੀ ਜ਼ਿੰਦਗੀ ਦਾ, ਤੂੰ ਜਿਹੜੀ ਸਾਰੀ ਜ਼ਿੰਦਗੀ ਇਦਾਂ ਹੀ ਨਗਾਤੀ, ਵਿਹਲੇ ਨਿਕੰਮੇ ਨੇ, ਵਿਹਲੇ ਨਿਕੰਮੇ। ਤੈਨੂੰ ਬੜਾ ਅਹਿਸਾਸ ਚੜਿਆ ਤੇ ਤੂੰ ਮੇਤੇ ਲਾਣ ਤਾਂ ਪਾਈ ਜਾਂਦੇ ਆ। ਉਹ ਯਾਰ ਤੂੰ ਜਦੋਂ ਮੇਰਾ ਯਾਰ ਆ, ਹੈ ਮੈਂ ਪਹਿਲੇ ਤੇਰਾ ਹੀ ਸਿਰ ਪਾੜਨਾ ਆਣਾ। ਉਹ ਮੇਰਾ ਕਾਹਨੂੰ ਸਿਰ ਪਾੜਨਾ, ਮੈਂ ਚੋਰ ਆ, ਮੇਰਾ ਸਿਰ ਪਾੜਨਾ ਤੂੰ? ਉਹ ਮੈਂ ਸੋਚਿਆ, ਮੈਂ ਕਿਹਾ, ਮੈਂ ਉਹਨੂੰ ਕਿਹਾ ਅੰਮਾ ਭਾਈ ਤੂੰ ਜੇ ਇੰਨਾ ਜ਼ੋਰ ਲਾਉਣ ਨਹੀਂ ਦਾਣੇ ਪੀਨੀ ਆ, ਤਾਂ ਇੱਕ ਬਿਜਲੀ ਦੇ ਬਿਜਲੀ ਵਾਲੀ ਚੱਕੀ ਲਵਾ ਲਾ, ਉਹਨੇ ਆਪੇ ਹੀ ਰਗੜ ਦੇਣੀ। ਗੱਲ ਤਾਂ ਤੇਰੀ ਸਹੀ ਆ। ਕਹਿੰਦੀ ਪੁੱਤ ਬਿਜਲੀ ਵਾਲੀ ਚੱਕੀ ਮੈਂ ਪਤਾ ਕੀਤੀ ਆ, 50,000 ਤੋਂ ਸ਼ੁਰੂ ਹੁੰਦੀ ਤੇ 1.5 ਲੱਖ ਤੱਕ ਜਾਂਦੀ ਆ। ਤੇ 50,000 ਵਾਲੀ ਲੈ ਲਵੇ। 50 ਉਹ ਕਿੱਥੋਂ ਲੈ ਲਵੇ? ਇੱਥੋਂ ਸ਼ਹਿਰੋਂ ਲਵੇ। ਹੋਰ ਉਹ ਕਿਹੜੀ ਮਾਈਕਲ ਜੈਕਸਨ ਦੀ ਫੁੱਫੀ ਆ ਵੀ ਉਹ ਚੱਕੀ ਲੈ ਲਵੇ, ਜਾਂ ਸ਼ਾਹਰੁਖ ਖਾਨ ਦਾ ਸਗਾ ਖਾਲਾਂ ਦਾ ਮੁੰਡਾ, ਅੱਧੇ ਪੈਸੇ ਉਹਨੂੰ ਵੀ ਦਿੰਦਾ, ਉਹ ਕਿੱਥੋਂ ਚੱਕੀ ਲੈ ਲਵੇ? ਉਹ ਦੁਕਾਨ ਤੋਂ ਲਵੇ, ਹੋਰ ਕਿੱਥੋਂ ਲੈਣੀ ਹੈ ਚੱਕੀ? ਹੁਣ ਜੀ ਤੈਨੂੰ ਸੋਚ ਆਈ ਵੀ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਤੂੰ ਪਹਿਲਾਂ ਸੋਚ ਲਾ। ਹਾਂ ਗੱਲ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਤੂੰ ਸੋਚ ਲਾ ਪਹਿਲੇ ਇਹ ਗੱਲ, ਤੂੰ ਸੋਚ ਲਾ। ਮੈਨੂੰ ਇੰਨਾ ਉੱਥੇ ਦੁੱਖ ਆਇਆ, ਮੈਂ ਕਿਹਾ ਯਾਰ ਮਾਈ ਨੇ ਤਾਂ ਅੱਛਾ, ਮੈਂ ਕਿਹਾ ਮਾਲਕ ਤੇ ਅੱਛਾ, ਕੋਈ ਨਹੀਂ, ਰੱਬ ਚੰਗੀਆਂ ਕਰੂਗਾ, ਤੂੰ ਪਰੇਸ਼ਾਨ ਨਾ ਹੋ, ਰੱਬ ਚੰਗੀਆਂ ਕਰੂ, ਆਪੇ ਹੀ ਉਹਦਾ ਸਬੱਬ ਬਣਾ ਦੇਣਾ ਰੱਬ ਨੇ, ਆਪੇ ਹੀ ਰੱਬ। ਮੈਂ ਉੱਥੋਂ ਹੀ ਨਿਕਲਦੇ ਸੋਚ ਲਿਆ ਨਾਸ਼ਤਾ ਕਰਦੇ ਨੇ, ਮੈਂ ਕਿਹਾ ਮਾਈ ਨੇ ਤਾਂ ਤੈਨੂੰ ਹੁਣ ਚੱਕੀ ਮੈਂ ਲੈ ਕੇ ਦੇਣੀ। ਵਾਹ ਵਾਹ, ਹੈ ਇਹ ਆ ਸੀਟੀ
ਆ 100 ਰੁਪਈਆ ਮੇਰੇ ਵੱਲੋਂ ਆ ਮਾਈ ਨੈਤਾਂ ਦਾ ਉਹਦੇ ਨਾਂ ਦਾ ਹੀ ਉਹਦੀ ਚੱਕੀ ਵਾਸਤੇ, ਤੇ ਤੇਰਾ ਵੀਰੇ ਜੋ ਬਣਦਾ ਸਰਦਾ ਤੂੰ ਵੀ ਪਾ ਦੇ। ਇਹ ਕੋਈ ਜ਼ੋਰ ਜ਼ਬਰਦਸਤੀ ਨੀਗੀ, ਨਹੀਂ ਦੇਣਾ ਨਾਂ ਦਾ। ਇਹ ਜ਼ਿੰਦਗੀ 'ਚ ਜੇ ਕੋਈ ਭਲਾ ਕਰਨਾ ਕਰ ਜਾਣੀ ਤਾਂ ਦੁਰ ਫਿੱਟ ਮੂੰਹ ਤੇਰੀ ਜ਼ਿੰਦਗੀ ਦਾ, ਮੈਂ ਹੀ ਕਹਿ ਸਕਦਾ। ਇਹ ਮੇਰੇ ਨਾਂ ਦਾ ਹੀ, ਮੈਂ ਤਾਂ ਕਾਫਲਾ ਤੋਰੀ ਰੱਖਣਾ ਜਿਹੜਾ ਰਲਦਾ ਰਲੇ, ਜਿਹੜਾ ਨਾਂ ਰਲਦਾ ਰਲੇ। ਆ ਲਾਣ ਤਾਣ ਘਟਾ, ਯਕੀਨ ਕਰ ਮੇਰਾ ਰੂਹ ਸੜਦਾ ਜਦੋਂ ਤੂੰ ਮੇਰੇ ਲਾਣ ਤਾਣ ਕਰਨਾ। ਬਾਕੀ ਰਹੀ ਗੱਲ ਨੈਤਾ ਦੀ, ਉਹਦੇ ਵਾਸਤੇ ਮੇਰੀ ਜਾਨ ਵੀ ਹਾਜ਼ਰ ਆ। ਮੇਰੇ ਲਈ ਨਹੀਂ ਤੂੰ ਕਰਨਾ, ਇਹ ਕੋਈ ਆਪਣੀ ਅਗਲੀ ਜ਼ਿੰਦਗੀ ਵਾਸਤੇ ਕਰਨਾ। ਮੈਂ ਕਿਹੜਾ ਕੋਈ ਕਿਸੇ ਤੇ ਆਸਾਨ ਕਰਨਾ, ਇਹ ਤਾਂ ਰੱਬ ਦੇ ਕੰਮ ਆ। ਮੈਂ ਤਾਂ ਤੈਨੂੰ ਵੀ ਮਿਲ ਕੇ ਤੈਨੂੰ ਐਨੂੰ ਨਿਕਲ ਜਾਣਾ, ਖਰ ਕਿਹੜੇ ਰੇਗਿਸਤਾਨ ਨੂੰ ਨਿਕਲ ਜਾਣਾ। ਆ ਭਾਈ ਮੇਲੋ ਵੀ 100 ਰਹਿ ਲਾ, ਹੋਰ ਦੱਸ। ਆ ਹੋਈ ਨਾ, ਆ ਦੇਖ, ਆ ਦੁਰ ਫਿੜੇ ਹੋਣ ਤਾਂ ਜ਼ਿੰਦਗੀ ਤੇਰੀ ਬਚ ਗਈ। ਆ ਤੂੰ ਮਦਦ ਕੀਤੀ, ਲਓ ਜੀ ਆ 200 ਰੁਪਈਆ, ਇਹ ਮਾਈ ਨਾਤਾ ਦੇ ਨਾਂ ਦਾ 200 ਰੁਪਈਆ, ਮਾਈ ਨਾਤਾ ਦੇ ਨਾਂ ਦਾ ਫਿਰ 200 ਰੁਪਈਆ, ਮਾਈ ਨਾਤਾ ਦੇ ਨਾਂ ਦਾ। ਕਿਹੜੇ ਪਿੰਡਾਂ ਵਾਲੇ ਕੰਮ ਕਰਨ ਲੱਗ ਪਿਆ ਤੂੰ, ਸਾਈਕਲ ਚਲਾਉਂਦਾ ਰਿਹਾ ਕਿਤੇ ਮੌਤ ਦੇ ਖੂਹ ਤੇ। ਓਏ ਭਲਾ ਕਰਨਾ ਵਾਸਤੇ ਸਾਈਕਲ ਚਲਾਉਣਾ ਪਵੇ, ਬੱਸ ਚਲਾਉਣੀ ਪਵੇ, ਤੇਰੇ ਉੱਤੋਂ ਗੱਡੀ ਨਗਾਉਣੀ ਪਵੇ, ਮੈਂ ਨਗਾ ਦੇਣੀ। ਤੇਰੇ ਤੋਂ ਨੰਗੇ ਗੱਡੀ, ਮੇਰੇ ਤੋਂ ਕਾਹਨੂੰ ਨੰਗੇ? ਚੰਗਾ ਤੂੰ ਬੰਦਾ, ਨਾਲੇ ਮੇਰੇ ਤੋਂ ਇਮਦਾਦ ਲਈ ਜਾਂਦਾ, ਨਾਲੇ ਤੂੰ ਮੈਨੂੰ ਬਦਦੁਆਵਾਂ ਦੇਣ। ਏ ਮਾਈ ਨਾ ਤਾਂ ਲੈ ਤੇਰੀ ਚੱਕੀ ਮਾਈ ਬੜਾ ਲੱਗੀ ਓ ਮਾਈ, ਕਿਤੇ ਪਿੱਛੇ ਦਰਖਤ ਪਿੱਛੇ ਖਲੋਤੀ ਵੀ ਸੁਣਨ ਦਈਏ ਤੇਰੀ ਗੱਲ। ਆ ਮੇਰੀ ਖੱਬੀ ਬੈਂਕ 'ਚ ਮਾਈ ਨਾਤਾ ਦੇ ਨਾਂ ਦਾ 200 ਰੁਪਈਆ ਕੱਟਾ ਹੋ ਗਿਆ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਇਹ 400 ਹੋ ਗਿਆ ਇਧਰਲੀ ਬੈਂਕ 'ਚ, ਇਹ ਕਈ 400 ਹੋਣੇ ਆ। ਇਹ ਤੇਰੇ ਵਰਗੇ ਕਈ ਵੀਰ ਮਿਲ ਜਾਣੇ ਆ, ਮੈਂ ਐ ਨੂੰ ਜਾਵਾਂ ਇਧਰੋਂ ਮਿਲ ਜਾਣੇ, ਐ ਨੂੰ ਜਾਵਾਂ ਇਧਰੋਂ ਮਿਲ ਜਾਣੇ ਆ। ਇਹ ਭਲੇ ਸੋ ਭਲੇ ਕਰ, ਭਲਾ ਸੋ ਭਲਾ, ਅੰਤ ਭਲੇ ਦਾ ਭਲਾ, ਬਾ ਗੱਲ ਐਨੀ ਆ। ਮੈਂ ਭਰਾਵਾ 4 ਦਿਨ ਜਿਹੜਾ ਤੈਨੂੰ ਮਿਲਿਆ ਨਹੀਂ ਨਾ, ਮੈਂ ਇਹੋ ਹਿਸਾਬ ਲਾਉਂਦਾ ਰਿਹਾ। ਮੈਂ ਕਿਹਾ ਯਾਰ ਅਸੀਂ ਫਿਰੀ ਤੁਰੀ ਜਾਂਦੇ ਆ, ਬੁੱਢੇ ਹੋ ਜਾਣਾ, ਏਦਾਂ ਹੀ ਮਰ ਖੱਪ ਜਾਣਾ, ਠੀਕ ਆ, ਤੇ ਕੀ ਦਾ ਕੇ ਦੱਸਾਂਗੇ ਵੀ ਕੀ ਕਰਕੇ ਆਏ, ਮੌਜਾਂ ਕਰਕੇ ਆਏ। ਉਹ ਫਿਰ ਮੈਂ ਕਿਹਾ ਵੀ ਸਿੱਧੀ ਦੁਰ ਫਿੜੇ ਮੂੰਹ ਤੇਰੀ ਜ਼ਿੰਦਗੀ ਦਾ, ਉਹ ਦੁਰ ਫਿੜੇ ਮੂੰਹ ਤੇਰਾ, ਤੇਰੇ ਖਾਨਦਾਨ ਦਾ ਦੁਰ ਫਿੜੇ, ਤੂੰ ਮੇਤੇ ਕਾਹਦੇ ਦੁਰ ਫਿੜੇ ਮੂੰਹ ਪਾਉਣਾ ਏ? ਪਤਾ ਨਹੀਂ ਤੂੰ ਬੂਟੀ ਪੀਤੀ ਐ, ਨਸ਼ਾ ਕਰਨ ਲੱਗ ਪਿਆ ਤੂੰ। ਆ ਤੂੰ ਭਲਾ ਕਰਤਾ ਜੇ ਅੱਜ ਤੋਂ ਬਾਅਦ ਜੋ ਕੋਈ ਤੁਰਦੇ ਜਾਂਦੇ ਵੀ ਤੈਨੂੰ ਕਹਿ ਦੇਵੇ ਨਾ ਵੀ ਸਿੱਧੀ ਦੁਰ ਫਿੜੇ ਮੂੰਹ ਤੇਰੀ ਜ਼ਿੰਦਗੀ ਦਾ, ਮੈਨੂੰ ਫੜ ਲਈ ਉਹਦੀ ਮੈਂ। ਓਏ ਮੇਰਾ ਕਿਉਂ ਕਵੇ ਰਹੀ ਅਗਲਾ ਕਿ ਦੁਰ ਫਿੜੇ ਮੂੰਹ ਤੇਰੀ ਜ਼ਿੰਦਗੀ ਦਾ? ਮੈਂ ਗੱਲ ਕਰਦਾ ਵੀ ਜਦੋਂ ਤੂੰ ਗੱਲ ਆਪਣੇ ਕੋਲ ਸਾਂਭ ਕੇ ਰੱਖ ਗੱਲ, ਜਦੋਂ ਤੂੰ ਕਾਰੀ ਭਲਾ ਦਿੱਤਾ ਤੇ ਫਿਰ ਫਿਰ ਤੈਨੂੰ। ਯਾਰ ਮੇਰੀ ਗੱਲ ਸੁਣ, ਭਲਾ ਜਿਹੜਾ ਨਾ ਇੰਜ ਕਰਕੇ ਬਸ ਅਸੀਂ ਇੱਕ ਮੁੱਠ ਬੰਦ ਕਰ ਦਈਏ ਬਈ, ਇਦਾਂ ਪੰਦ ਦੱਸੀਏ ਵੀ ਹੁਣ ਮੈਂ ਜਾ ਕੇ ਨਾ ਇਹ ਮਾਈ ਨਾਤਾ ਨੂੰ ਕਹਿਣਾ ਵੀ ਮਾਈ ਨਾਤਾ ਆ ਵੀ ਰੱਖ ਲਾ, ਹੋਰ ਆਉਂਦਾ ਹੈ। ਲੈ ਇਹ ਤਾਂ ਗੱਲ ਬਹੁਤ ਸੁਣੀ ਹੋਈ, ਕਿੱਥੇ ਜਾਣਾ ਤੂੰ? ਮੈਂ ਰਾਤ ਨੂੰ ਜਾ ਕੇ, ਮੈਂ ਜਿੰਨੇ ਜਿੰਨੇ ਹੋਈਗੇ ਮੈਂ ਫੜਾਈ ਜਾਣੇ। ਨਹੀਂ ਨਹੀਂ ਸਹੀ, ਆ ਹੁਣ ਤੂੰ ਜਦੋਂ ਜਾਣਾ ਨਾ ਮੈਂ ਨਾਲ ਲੈ ਜੀ, ਨਾਲੇ ਮੇਰੇ ਦਾਣੇ ਪਏ ਉੱਥੇ ਭਿਆਏ ਪਏ ਆ। ਉਹ ਤੂੰ ਸੁਣਿਆ ਨਹੀਂ ਵੀ ਨੇਕੀ ਕਰ ਦਰਿਆ ਐਵੇਂ ਫੈਂਕ? ਉਹ ਭਾਈ ਮੇਰੇ ਦਾਣੇ ਵੀ ਪਏ, ਮੈਂ ਬੋਰਾ ਵੀ ਚੱਕ ਲਿਆ। ਦਾਣੇ ਤੇਰੇ ਮੈਂ ਕਾਹਦੇ ਲਈ, ਤੇਰਾ ਯਾਰ ਨਹੀਂ, ਮੈਂ ਆਪ ਹੀ ਚੱਕ ਲਿਆਵਾਂਗਾ। ਤੂੰ ਕਿੱਦਾਂ ਚੱਕ ਲਏਗਾ? ਤੂੰ ਖੋਤਾ ਵਾ, ਤੂੰ ਕਿੱਦਾਂ ਚੱਕ ਲਏਗਾ? ਉਹ ਯਾਰ ਕਿੰਨੇ ਦਾਣੇ ਆ? ਹੈਗੇ 1.5 ਮਣ ਦਾਣੇ। ਉਹ ਤਾਂ ਕੋਈ ਗੱਲ ਨਹੀਂ, ਮੈਂ ਉੱਥੇ ਚਿੰਗ ਚੀਜ਼ ਰਖਾ ਕੇ ਘਰ ਲਿਆ। ਨਹੀਂ ਨਹੀਂ ਮੈਂ ਤੇਰੇ ਨਾਲ ਜਾਊਂ, ਨਾਲੇ ਮਾਈ ਨੂੰ ਮਿਲ ਆਊਂਗਾ, ਨਾਲੇ ਹਾਲ ਚਾਲ ਪੁੱਛਣ, ਨਾਲੇ ਦਾਣੇ ਲੈ ਆਵਾਂਗੇ। ਯਾਰ ਜੇ ਭਲਾ ਕੀਤਾ ਤਾਂ ਭਲਾ ਕਰ, ਭਲਾ ਕਰਕੇ ਵੀ ਦੁਰ ਫਿੱਟੇ ਮੂੰਹ ਆਪਣੀ ਜ਼ਿੰਦਗੀ ਦਾ ਨਾ ਕਰਾ। ਉਹ ਦੁਰ ਫਿੱਟੇ ਮੂੰਹ ਤੇਰੀ ਜ਼ਿੰਦਗੀ ਦਾ, ਤੇਰੇ ਅਗਲੇ ਪਿਛਲਿਆਂ ਦੀ ਜ਼ਿੰਦਗੀ ਦਾ ਦੁਰ ਫਿੱਟੇ ਮੂੰਹ। ਤੂੰ ਹਰ ਗੱਲ ਤੇ ਮੇਰਾ ਹੀ ਫਿੱਟੇ ਮੂੰਹ ਕਰੀ ਜਾ ਰਿਹਾ ਵੀ ਚੰਗਾ ਬੰਦਾ, ਨਾਲੇ ਤੂੰ ਮੇਰੇ ਤੋਂ ਭਲੇ ਕਰਾਈ ਜਾਣਾ, ਨਾਲੇ ਤੂੰ ਮੇਰੇ ਤੇ ਲਾਣ ਤਾਣ ਕਰੀ ਜਾਣਾ। ਅਸਲ 'ਚ ਨਾ ਮੇਰਾ ਦਿਲ ਦੁਖਿਆ, ਮੈਂ ਕਹਿੰਦਾ ਯਾਰ ਕੋਈ ਮਾੜਾ ਨਹੀਂ ਹੋਣਾ ਚਾਹੀਦਾ ਜਾ ਕਿਤੇ ਯਾਰ। ਉਹ ਕੀ ਹੋ ਗਿਆ, ਕੋਈ ਫੌਤਗੀ ਹੋ ਗਈ ਤੇਰੇ ਘਰ, ਕੋਈ ਸੈਣਾ ਮਰ ਗਿਆ ਤੇਰਾ, ਤੂੰ ਐਡਾ ਗਮ ਹੋਏ? ਮੈਂ ਕਹਿੰਦਾ ਵੀ ਮਾਲਕਾ ਜੇ ਮਾੜਾ ਕੋਈ ਤੇਰਾ ਬੰਦਾ ਹੈਗਾ, ਤੇਰਾ ਕੋਈ ਜੀ ਮਾੜਾ ਆਣਾ, ਉਹਨੂੰ ਝੋਲੀਆਂ ਭਰ ਭਰ ਕੇ ਦੇ। ਹਾਂ ਇਹ ਤਾਂ, ਜਿੰਨਾ ਕੋਲ ਨਹੀਂ ਹੈਗਾ ਉਹਨਾਂ ਨੂੰ ਵੀ ਭਰ ਭਰ ਕੇ ਦੇ। ਬਿਲਕੁਲ ਸਹੀ ਗੱਲ, ਕੋਈ ਮਾੜਾ ਰਹਿਣਾ ਨਹੀਂ ਚਾਹੀਦਾ। ਨਾ 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 ਨਾ, ਆ ਜਿੰਨੇ ਮਾੜੇ ਆ ਨਾ ਕੋਈ ਮਾੜਾ ਨਹੀਂ ਰਹਿਣਾ ਚਾਹੀਦਾ। ਅੱਲਾ ਮਾਫ ਕਰ, ਆ ਤੂੰ ਕਿੰਨਾ ਮਾੜਾ? ਮੈਂ ਬਹੁਤ ਮਾੜਾ। ਤੇਰਾ ਵੀ ਰਹਿਣਾ ਨਹੀਂ ਬਣਦਾ, ਤੇਰਾ ਜਾਂ ਤਾਂ ਤੂੰ ਦੁਨੀਆ ਛੱਡ ਦੇਣੀ ਚਾਹੀਦੀ ਜਾਂ ਤੂੰ ਤਗੜਾ ਹੋ ਜਾਣਾ ਚਾਹੀਦਾ, ਕੋਈ ਕੰਮ ਆ ਨਾ। ਉਹ ਤਗੜੇ ਵਾਸਤੇ ਏਦਾਂ ਹੀ ਅੱਜ ਜਿੱਦਾਂ ਆਪਾਂ ਲੋਕਾਂ ਲਈ ਇਕੱਠੇ ਕਰਨੇ, ਏਦਾਂ ਤੇਰੇ ਲਈ ਵੀ ਕਿਤੇ
ਇਦਾਂ ਹੀ ਕਰ ਲਾ ਭਾਈ, ਅੱਲਾ ਤੋਂ ਰਹਿਮ ਮੰਗ, ਅੱਲਾ ਪਾਕ ਕਿਸੇ ਦਾ ਮਹਤਾਜ ਨਾ ਕਰੇ, ਮਾਲਕ ਮੈਨੂੰ ਤੁਰਦੇ ਫਿਰਦੇ ਲੈ ਜੇ, ਇਹੋ ਜੀ ਗੱਲ ਨਹੀਂ ਕਰੀਦੀ ਹੁੰਦੀ। ਇਹ ਕਰੇਗਾ ਭਲਾ ਤੇ ਕਰ ਭਲਾ ਸੋ ਭਲਾ, ਅੰਤ ਭਲੇ ਦਾ ਭਲਾ, ਨਹੀਂ ਕਰਨਾ ਭਲਾ ਤੇ ਸਿਟੀ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਤੇ ਅੰਤ ਭਲੇ ਦਾ ਭਲਾ ਤੇ ਕਰ ਭਲਾ ਤੇ ਹੋਬਲ, ਏਦਾਂ ਕਰ ਇੱਕ ਸੋਟੀ ਫੜ, ਇੱਕ ਕੌਲਾ ਫੜ ਲਾ ਹੱਥ 'ਚ, ਏਦਾਂ ਹੀ ਸੜਕ ਤੇ ਨਿਕਲ ਜਾ। ਇਹ ਸੀ ਦੂਏ ਦਿਨ ਦੀ ਗੱਲ, ਪਹਿਲੇ ਦਿਨ ਫੈਜੀ ਟੱਕਰਿਆ, ਦੂਏ ਦਿਨ ਮਾਈ ਨਾਤਾ ਟੱਕਰ ਗਈ। ਆਹੋ, ਤੀਏ ਦਿਨ ਮੈਂ ਕਿਹਾ ਯਾਰ ਦੋ ਦਿਨ ਹੋ ਗਏ ਸਿਟੀ ਨੂੰ ਮਿਲਿਆ ਨਹੀਂ, ਤੇ ਮੈਂ ਸਿਟੀ ਹੱਲ ਚੱਲ ਜਾਵਾਂ। ਤੀਏ ਦਿਨ ਮੈਂ ਆਉਣ ਡਿਆ, ਓਏ ਹੋਏ ਹੋਏ ਹੋਏ, ਓ ਕਾਕਾ। ਹੁਣ ਕਿਹੜਾ ਕਾਕਾ ਆ ਗਿਆ? ਓ ਕਾਕਾ ਕਛਜ਼ਾਦ। ਕਛਜ਼ਾਦ ਇਹ ਕਿਹੜਾ ਕਾਕਾ? ਪੰਪਾਂ ਦਾ ਕੰਮ ਨਹੀਂ ਕਰਦਾ, ਲਾਲ ਪੰਪ ਵਾਲਾ? ਲਾਲ ਪੰਪ ਵਾਲਾ। ਅੱਛਾ, ਤੈਨੂੰ ਪਤਾ ਉਹਨੇ ਹੁਣ ਪੰਪਾਂ ਦਾ ਕੰਮ ਛੱਡਤਾ? ਉਹ ਕੀ ਹੋਇਆ ਵੀ ਜ਼ੋਰ ਲਾਇਆ, ਪਿੱਛੋਂ ਕੜਾਕਾ ਨਿਕਲਿਆ ਤੇ ਆਹ ਜਿਹੜੀ ਨਾ ਰੀੜ ਦੀ ਹੱਡੀ ਉਹਦੀ, ਉਹਦੇ ਕਹਿੰਦੇ ਮੋਹਰੇ ਵਿੰਗੇ ਹੋ ਗਏ। ਓਏ ਹੋਏ ਹੋਏ ਹੋਏ, ਉਹ 2-3 ਸਾਲ ਤੋਂ ਵਿਚਾਰੇ ਨੇ ਕੰਮ ਛੱਡਤਾ, ਹੁਣ ਕੀ ਕਰਦਾ? ਘਰ ਦੀ ਨੂੰ ਕਹਿ ਦਿੰਦਾ ਵੀ ਆਲੂ ਦੀਆਂ ਟਿੱਕੀਆਂ ਬਣਾ ਦੇ, ਨਾਲ ਨਾਨ ਕਰ ਦੇ, ਹੈ ਤੇ ਚਿਪਸ ਜੀ ਲਾ ਕੇ ਬਾਹਰ ਨਿਆਣਿਆਂ ਨੂੰ 2-2 ਰੁਪਈਏ 5-5 ਰੁਪਈਏ ਦਿੰਦਾ। ਅੱਛਾ ਅੱਛਾ ਅੱਛਾ। ਉਹ ਮੈਂ ਲੰਘਦਾ ਪਿਆ ਤੇ ਮੈਂ ਕਿਹਾ ਚੱਲ ਯਾਰ ਅੱਜ ਜਾਂਦਾ ਹੋਇਆ ਘਰ ਨਾ ਕਾਕੇ ਕੋਲੋਂ ਟਿੱਕੀਆਂ ਲੈ ਜਾ। ਨਾ ਟਿੱਕੀਆਂ ਲੈ ਮੈਂ। ਮੈਂ ਕਿਹਾ ਯਾਰ ਕਾਕੇ ਕੀ ਹਾਲ ਆ? ਕਹਿੰਦਾ ਠੀਕ ਆ ਭਾ, ਚੰਗਾ ਤੂੰ ਸੁਣਾ। ਤੇ ਮੈਂ ਕਿਹਾ ਯਾਰ ਇੱਦਾਂ ਕਰ, 4 ਟਿੱਕੀਆਂ ਕਰਦੇ, 4 ਨਾਨ ਕਰਦੇ। ਹਾਂ, ਤੇ ਤੂੰ ਮੇਲੀ ਵੀ ਲੈ ਆਉਂਦਾ ਯਾਰ 1-2। ਮੈਂ ਤੇਰੇ ਲਈ ਵੀ ਤੇ ਲੈ ਕੇ ਆਉਣੀਆਂ ਸੀ ਨਾ, ਬਾਕੀ ਹੋਰ ਗੱਲਾਂ ਦੀ ਗੱਲਾਂ। ਉਹ ਜਿਹੜੀ ਇਹ ਲੂਣੀ ਚਟਣੀ ਬਣਾਉਂਦਾ ਨਾ, ਬਹੁਤ ਸੋਹਣੀ ਬਣਾਉਂਦਾ, ਬਹੁਤ ਸੋਹਣੀ, ਅੱਲਾ ਦੀ ਕਸਮ। ਉਹ ਬਸ ਲੂਣੀ ਚਟਣੀ ਜਿਹੜੀ ਹੈ ਨਾ, ਹਾਂ ਉਹ ਹੀ ਮੰਗੀ ਆ ਮੈਂ ਉਹਦੇ ਕੋ। ਮੇਰੇ ਮੂੰਹ ਵੱਲ ਵੇਖ ਲਾ ਪਿਆ, ਮੈਂ ਕਿਹਾ ਤੈਨੂੰ ਕੋ ਮੈਂ ਕਾਕੇ ਚਟਣੀ ਮੰਗੀ ਆ? ਕਹਿੰਦਾ ਭਾਜੀ ਚਟਣੀ ਬਣਾਉਣ ਲਈ ਪੈਸੇ ਨਹੀਂ ਸੀ, ਮਟੀਰੀਅਲ ਨਹੀਂ ਸੀ ਹੈਗਾ। ਓਏ ਹੋਏ ਹੋਏ, ਤੇ ਬਗੈਰ ਚਟਣੀ ਤੇ ਵੇਚੀ ਜਾਂਦਾ? ਰੋ ਪਿਆ ਅੱਗੋਂ ਯਾਰ। ਉਹ ਮੈਂ ਕਿਹਾ ਯਾਰ ਚਟਣੀ ਬਣਾਉਣ ਲਈ ਤੇ ਕੋਈ ਪੈਸੇ ਹੈ ਨਹੀਂ। ਕਹਿੰਦਾ ਭਾਜੀ ਕਾਕਾ ਪੰਪਾਂ ਵਾਲਾ ਲੋਕਾਂ ਨੂੰ ਪਤਾ ਬੜਾ ਖਾਂਦਾ ਪੀਤਾ, ਲੇਕਿਨ ਮੈਨੂੰ ਪਤਾ ਗੁਜ਼ਾਰਾ ਕਿੱਦਾਂ ਹੋਣ ਦਿਆ, ਘਰ ਰਾਸ਼ਨ ਹੈ ਨਹੀਂ, ਲੇਕਿਨ ਦੇਖ ਲਓ ਮੈਂ ਟਿੱਕੀਆਂ ਬਣਾ ਕੇ ਰੱਖਣ ਦਿਆ। ਮੈਂ ਕਿਹਾ ਓਏ ਗੁਰਬਤੇ, ਉੱਥੇ ਮੈਂ ਸੋਚਿਆ ਵੀ ਯਾਰ ਮੈਂ ਐਡਾ ਜਵਾਨ ਸਾਰਾ ਮੇਰੇ ਨਾਲ ਸੀਟੀ, ਉਹ ਸੀਟੀ ਤੇਰੀ ਜ਼ਿੰਦਗੀ ਦਾ, ਦੁਰ ਫਿਟੇ ਮੂੰਹ। ਮੈਂ ਕਿਹਾ ਉਹ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਓਏ ਉਹ ਪੰਪ ਵਾਲਾ, ਉਹ ਗੱਲ ਤੂੰ ਉਹਦੀ ਸੁਣਾਉਂਦਾ, ਤੂੰ ਦੁਰ ਫਿਟੇ ਮੂੰਹ ਮੇਤੇ ਪਾਈ ਜਾਂਦਾ। ਉਹ ਯਾਰ ਸਾਡੇ ਮੱਲੇ ਦਾ ਨਹੀਂ, ਸਾਡਾ ਯਾਰ ਦੋਸਤ ਨਹੀਂ। ਉੱਥੇ ਹੈਗਾ ਵਾ ਯਾਰ ਦੋਸਤ, ਤੁਝ ਮੇਰਾ ਕੀ ਤੱਲਾ ਕਿ ਤੂੰ ਮੇਰੀ ਲਾਣ ਤਾਣ ਕਿਹੜੇ ਚੱਕਰ 'ਚ ਰੱਖੀ ਅੱਜ? ਓਹੋ, ਤੇਰਾ ਟੋਕਰਾ ਚੁੱਕੀ ਫਿਰਦਾ ਤੂੰ ਲਾਣ ਤਾਣ ਵਾਲਾ। ਵੇਖਣਾ ਸਿਟੀ, ਪੁੱਤਾਂ ਲਈ ਵੀ ਪਰੇਸ਼ਾਨ, ਧੀਆਂ ਲਈ ਵੀ ਪਰੇਸ਼ਾਨ। ਇਹ ਤਾਂ ਹੈ, ਹੈ ਜਿਹਦੇ ਕੋਲ ਪੈਸਾ ਉਹ ਵੀ ਪਰੇਸ਼ਾਨ, ਜਿਹਦੇ ਕੋਲ ਨਹੀਂ ਪੈਸਾ ਉਹ ਵੀ ਪਰੇਸ਼ਾਨ। ਇਦਾਂ ਹੀ ਆ, ਹੁਣ ਟਿੱਕੀਆਂ ਵਾਲੇ ਵੀ ਪਰੇਸ਼ਾਨ ਯਾਰ, ਚਟਣੀਆਂ ਵਾਲੇ ਪਰੇਸ਼ਾਨ। ਅੱਛਾ ਯਾਰ ਤੂੰ ਹੌਸਲਾ ਕਰ, ਕੋਈ ਨੀ, ਉਹਦਾ ਵੀ ਰੱਬ ਵਾਰਸ ਆ ਯਾਰ। ਐਡੀ ਨਿੱਜ ਹੋਣੀ ਚਟਣੀ, ਐਨੀ ਲੋੜ ਚਟਣੀ ਦੀ ਯਾਰ, ਐਨੀ ਚਟਣੀ ਨਿੱਜ ਹੋਣੀ। ਤੂੰ ਤਾਂ ਐ ਰੋਣ ਡਿਆ ਵੀ ਉਹਦਾ ਮੀਟਰ ਕੱਟਿਆ ਗਿਆ, ਉਹਨੂੰ ਬਿਜਲੀ ਦੀ ਬੜੀ ਲੋੜ ਆ, ਗੈਸ ਦੀ ਬੜੀ ਲੋੜ ਆ, ਪਾਣੀ ਦੀ ਬੜੀ ਲੋੜ ਆ, ਉਹ ਹਰ ਸ਼ਹਿਰ ਰੱਬ ਨੇ ਚਟਣੀ ਆ, ਕਿਹੜੀ ਗੱਲ ਆ? ਉਹ ਯਾਰ ਉਹਨੂੰ ਚਟਣੀ ਦੀ ਲੋੜ ਆ, ਤੇਰੇ ਵੱਲ ਚਟਣੀ ਪਈ ਆ? ਆਹੋ ਪਈ ਆ, ਪਰ ਉਹਨੂੰ ਦੇ ਦੇ ਤੂੰ ਚਟਣੀ, ਚਟਣੀ ਆ ਤੇ ਚਟਣੀ ਚੱਟੀ ਦੀ ਆ, ਉਹ ਚਟਣੀ ਕੰਨ 'ਚ ਫੇਰੀ ਦੀ ਆ। ਪਰ ਹਾਲ ਮੈਂ ਸੋਚਿਆ ਕਿ ਕਾਕੇ ਨੂੰ ਆਪਾਂ ਵੱਡੀ ਪਕੌੜਿਆਂ ਦੀ ਟਿੱਕੀਆਂ ਦੀ ਦੁਕਾਨ ਪਾ ਕੇ ਦੇਣੀ। ਅੱਛਾ, ਮੈਂ ਕਹਿਣ ਲੱਗਾ ਸੀ ਖਰੇ ਕਾਕੇ ਨੂੰ ਆਪਾਂ ਨਾ ਵੱਡਾ ਨੀਲਾ ਡਰਮ ਜਿਹੜਾ 3 ਮਣ ਦਾ ਹੁੰਦਾ ਚਟਣੀ ਦਾ ਬਣਾ ਕੇ ਦੇਣਾ। ਇਦਾਂ ਹੀ ਸੋਚਦਾ ਰਹੇਗਾ ਤੇ ਫਿਰ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ। ਕਾਕਾ ਮਾੜਾ ਬੰਦਾ, ਇਸ ਟਾਈਮ ਉਹਦਾ ਲੱਤ ਦੇਸੀ ਘਿਓ ਲੈ ਦਵਾਂ ਕਾਕੇ ਨੂੰ, ਕੀ ਕਰਾਂ ਹੁਣ ਮੈਂ? ਦੇਸੀ ਘਿਓ ਕਦੋਂ ਕਾਕੇ ਦੇ ਛਿਲਾ ਪੈਣ ਦੇ ਆ? ਮੈਂ ਤੈਨੂੰ ਕਹਿਣ ਦਿਆਂ ਵੀ ਮਾੜਾ ਬੰਦਾ, ਚੱਲ ਆਪਾਂ ਸੋਚਦਾਂਗੇ ਭਲਾ ਹੋ ਜਾਊਗਾ। ਹੈਂ, ਮੈਂ ਤੈਨੂੰ ਨਹੀਂ ਕਹਿੰਦਾ, ਤੂੰ ਅੱਗੇ ਮਦਦ ਕੀਤੀ ਨੈਤਾਂ ਦੀ, ਤੂੰ ਅੱਗੇ ਮਦਦ ਕੀਤੀ ਫੈਜੀ ਦੀ, ਇਹ ਮੈਂ ਤਾਂ ਸੋਚ ਲਿਆ। ਘੜੀ ਘੜੀ ਨਹੀਂ ਕਹੀਦਾ ਹੁੰਦਾ ਵੀ ਬੰਦਾ ਚੰਗਾ। ਓ ਨਹੀਂ, ਬਸ ਮੈਂ ਲੁੱਟ ਜਾਵਾਂ, ਮਰ ਜਾਵਾਂ, ਮੈਂ ਕਰਤੀ ਸੋ ਕਰਤੀ, ਲੁੱਟ ਜਾਵਾਂ ਮਰ ਜਾਵਾਂ, ਇਹ ਆ 1000 ਰੁਪਈਆ ਜਿਹੜਾ ਨਾ,
ਆਹ ਦੇਖ 1000 ਰੁਪਈਆ, ਇਹ 1000 ਰੁਪਈਆ ਮੈਂ ਇਹ ਕਾਕੇ ਦੇ ਨਾਮ ਦਾ ਉਹਨੂੰ ਆਪਾਂ ਦੁਕਾਨ ਵੱਡੀ ਲੈ ਕੇ ਮੈਂ ਦੇਣੀ ਆ। ਮੈਂ ਇਸ 1000 ਦੀਆਂ ਉਹਨੂੰ ਨਾ ਚਟਣੀ ਦੀਆਂ ਬੋਰੀਆਂ ਸਟਾ ਦੇਣੀਆਂ। ਉਹ ਉੱਲੂ ਦਿਮਾਗ ਦੇ ਆ, ਚਟਣੀ ਦੀਆਂ ਬੋਰੀਆਂ ਨਹੀਂ ਹੁੰਦੀਆਂ, ਚਟਣੀ ਦੇ ਮਰਤਬਾਨ ਹੁੰਦੇ, ਕੁੱਜੇ ਹੁੰਦੇ, ਗਲਾਸ ਹੁੰਦੇ ਆ, ਕੌਲੀਆਂ ਹੁੰਦੀਆਂ। ਮੈਂ ਬੋਰੀਆਂ ਸਟਾਉਣੀਆਂ। ਉਹ ਮਾਮਾ ਬੋਰੀਆਂ ਆਲੂ ਦੀਆਂ ਹੁੰਦੀਆਂ, ਗੰਡਿਆਂ ਦੀਆਂ ਹੁੰਦੀਆਂ, ਮਿਰਚਾਂ ਦੀਆਂ ਹੁੰਦੀਆਂ। ਆ ਜਿੰਨੇ ਤੂੰ ਪੈਸੇ ਉਹਨੂੰ ਦੇਤੇ ਆ ਨਾ, 1000 ਉਹਦਾ ਵਾ। ਇਹ ਤਾਂ ਚਟਣੀ ਉਹਦੀ ਮਹੀਨਾ ਨਹੀਂ ਮੁੱਕਣੀ ਜਦੋਂ ਤੂੰ ਦਿਨ ਦੇ ਦੇ। ਇਹ ਦੇਖ ਮੈਂ ਤਾਂ ਮਦਦ ਕਰ ਦਿੱਤੀ, ਇਹ ਤੇਰੇ ਨਾਲ ਕੋਈ ਹੋਰ ਜ਼ਬਰਦਸਤੀ ਨਹੀਂ ਆ। ਤੂੰ ਕਰਨੀ ਸਭ ਪਾਉਣਾ ਦਾ ਪਾਲਾ, ਏਦਾਂ ਹੀ ਜਿੰਦਾ ਰਹੇਗਾ ਤੇ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਆ ਮਦਦ ਕਰ ਜਾਏਗਾ ਤੇ। ਸਭ ਤੋਂ ਪਹਿਲੇ ਤਾਂ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਦੂਜੀ ਗੱਲ ਰਹੀ ਮਦਦ ਦੀ, ਤੂੰ ਮੇਰਾ ਯਾਰ ਸਭ, 500 ਤੇਰਾ ਪੈ ਗਿਆ, 500 ਮੇਰਾ ਪੈ ਗਿਆ, ਤੂੰ ਮੇਰੇ ਲੋ ਉਹਨੂੰ ਦੇ ਦੇ ਜਾ ਕੇ। ਨਹੀਂ ਇਹਦੇ 'ਚ ਸਾਰਾ ਕੁਛ ਨਹੀਂ ਨਾ ਹੁੰਦਾ ਯਾਰ। ਕੀ ਹੁਣ ਉਹਨੇ ਲੈਂਟਰ ਪਾਉਣਾ ਮਕਾਨ ਦਾ, ਹੋਰ ਉਹਨੂੰ ਕੀ ਕਰਾਉਣਾ ਉਹਨੇ? ਇਹ ਵੇਖ ਲੈ, ਇਹ ਨਾਲ ਨਹੀਂ ਲੈ ਜਾਣਾ ਸਾਰਾ ਕੁਝ? ਨਹੀਂ ਇਹ ਲੈ ਜਾਣੇ ਖੱਬੇ ਖੱਬੀ ਜੇਬ ਵਾਲੇ ਬੈਂਕ ਨੇ ਲੈ ਜਾਣੇ ਨਾਲ। ਅੱਲਾ ਨੇ ਤੈਨੂੰ ਕਿੱਡਾ ਹੌਸਲਾ ਦਿੱਤਾ ਵਾ, ਤੂੰ ਇਕੱਲੇ ਨੇ ਇੰਨਾ ਭਲਾ ਕਰ ਦਿੱਤਾ ਹੈ। ਨਹੀਂ ਇਹ ਤਾਂ ਮੈਂ ਕਤਰਾ ਬਣਿਆ ਨਾ, ਤੂੰ ਵੀ ਬਣ। ਮੈਂ ਕੀ ਬਣਾ? ਤੂੰ ਵੀ ਨਾਲ ਲਾ ਕੋਈ ਇਹੋ ਜਿਹਾ ਨਾਲ। ਮੈਂ ਕੀ ਇਹਦੇ ਸ਼ਲੇਸ਼ ਲਾ ਦਵਾਂ ਉੱਤੇ ਤੇ ਹੋਰ ਮੈਂ ਕੀ ਲਾ ਦਵਾਂ ਉੱਤੇ? ਏਦਾਂ ਮਰ ਗਿਆ ਨਾ ਤੇ ਲਾਜ਼ਮੀ ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ ਕਰਨਾ। ਦੁਰ ਫਿਟੇ ਮੂੰਹ ਤੇਰੀ ਜ਼ਿੰਦਗੀ ਦਾ, ਤੇਰੇ ਜੰਮਣ ਵਾਲਿਆਂ ਦੀ ਜ਼ਿੰਦਗੀ ਦਾ ਦੁਰ ਫਿਟੇ ਮੂੰਹ, ਰੁਪਈਆ ਤੇਰੇ ਆਲੇ ਦੁਆਲੇ ਵਾਲਾ ਦੁਰ ਫਿਟੇ ਮੂੰਹ, ਤੇਰੇ ਮੱਲੇਦਾਰਾਂ ਦਾ ਦੁਰ ਫਿਟੇ ਮੂੰਹ। ਰੁਪਈਆ 200 ਦੇ ਕੇ ਨਹੀਂ ਭਲਾ ਹੁੰਦਾ ਹੁੰਦਾ, ਇਹ ਭਲੇ ਵਾਸਤੇ ਆਪਣੇ ਮੂੰਹ ਦੀ ਬੁਰਕੀ ਦੇਗਾ ਨਾ ਕਾਕੇ ਨੂੰ, ਤਾਂ ਫੇਰ ਰੱਬ ਤੈਨੂੰ ਕਾਕਾ ਦਊਗਾ। ਉਹ ਕਾਕੇ ਮੇਰੇ ਕੋਲ 5 ਆ ਭਾਈ ਘਰ, ਜਿਹੜੇ ਮੈਂ ਪਾਲ ਲੈਣੇ ਆ, ਕਿ ਮੈਂ ਹੁਣ ਠੇਕਾ ਲੈ ਲਿਆ 6ਵੇਂ ਕਾਕੇ ਦਾ ਵੀ। ਮੈਂ ਕੋਈ ਉਦਮ ਜ਼ਬਰਦਸਤੀ ਰੱਖੀ, ਮੈਂ ਤੇਰੇ ਪਿਸਤੌਲ ਰੱਖੀ ਆ, ਨਹੀਂ ਮਦਦ ਕਰਨੀ ਤੇ ਕਰ ਦੇ, ਜੇ ਕਰਨੀ ਆ ਤਾਂ ਕਰ ਦੇ। ਉਹ ਮਦਦ ਹੋ ਗਈ ਆ ਭਰਾਵਾ, ਆ ਜਿਹੜਾ ਪੈਸੇ ਆ ਨਾ, ਇਹ 1000 ਦਾ ਨੋਟ ਆ, 1000 ਦਾ। ਇਹ ਤਾਂ ਮੈਂ ਕੀਤੀ ਆ ਨਾ, ਤਾਂ ਕੋਈ ਨਹੀਂ, ਆਪਾਂ ਇੱਕੋ ਹੀ ਆ, ਵੇਖ ਕਿਹੜੀ ਗੱਲ ਆ, ਐਡੀ ਕੋਈ ਕਿਆਮਤ ਥੋੜੀ ਆ ਗਈ ਆ। ਨਹੀਂ ਜਿੰਨਾ ਜੋ ਬਣਦਾ ਸਰਦਾ, ਥੋੜੀ ਜੀ ਮਦਦ ਕਰ, ਇੰਨਾ ਕਰ ਦੇਣਾ ਕਾਕਾ ਚਟਣੀ ਦਾ ਕੁੱਜਾ ਹੀ ਲੈ ਲਵੇ ਨਾ ਯਾਰ, ਇੰਨਾ ਤਾਂ ਕਰ ਦੇਣਾ ਯਾਰ। ਮੈਂ ਬਾਕੀ ਕਾਕੇ ਦੇ ਕੋਲ ਚਟਣੀ ਮੁੱਕੀ ਏ ਯਾਰ, ਉਹ ਪਤਾ ਕਰਕੇ ਕਿਤੇ ਉਹਦੇ ਕੋਲ ਫੀਡਰ ਵੀ ਨਾ ਮੁੱਕਿਆ ਹੋਵੇ, ਦੁੱਧ ਵੀ ਨਾ ਮੁੱਕਿਆ ਹੋਵੇ ਕਾਕੇ ਦਾ। ਕਾਕਾ ਝਲੂੰਗੀ 'ਚ ਸੌਣ ਡਿਆ ਵੀ ਕਾਕੇ ਦੀ ਤੈਨੂੰ ਬਹੁਤ ਫਿਕਰ ਚੜੀ ਆ। ਜਦੋਂ ਮੈਂ ਕਹਿਣਾ ਮੈਂ ਦਿੱਤੀ, ਉਹਨੇ ਕਹਿਣਾ ਠੀਕ ਆ, ਉਹਨੂੰ ਮੈਂ ਕਹਿਣਾ ਸਿਟੀ ਨੇ, ਮੈਂ ਕਹਿਣਾ ਸਿਟੀ ਨੇ ਦਿੱਤੀ, ਉਹਨੇ ਤਾਂ ਫਿਰ ਕਹਿਣਾ ਨਾ ਸਿਟੀ ਦੀ ਤੇਰੀ ਜ਼ਿੰਦਗੀ ਦਾ ਦੁਰ ਫਿਟੇ ਮੂੰਹ। ਫਿਰ ਉਹ ਮੈਂ ਕਹਿੰਦਾ ਉਹਦੀ ਜ਼ਿੰਦਗੀ ਦਾ ਦੁਰ ਫਿਟੇ ਮੂੰਹ ਜਿਹੜਾ ਮੈਨੂੰ ਕਵੇ, ਉਹ ਕਾਹਤੋਂ ਕਵੇ ਸਿਟੀ ਦਾ ਦੁਰ ਫਿਟੇ ਮੂੰਹ, ਉਹਨੇ ਮੇਰੇ ਨਾਲ ਕਮੇਟੀ ਪਾਈ ਆ। ਇਹ ਕੋਈ ਹੋਰ ਸੀ, ਇਹ ਆ ਲੈ ਭਰਾਵਾ ਤੇਰੇ ਕੋਲ ਪਏ, ਇਹਦੇ ਉੱਤੇ ਰੱਖ ਦੇ ਜੋ ਰੱਖਣੇ, ਰੱਖ ਦੇ ਜੋ ਜੋ ਰੱਖਣਾ, ਆਪਣੀ ਮਰਜ਼ੀ ਨਾਲ ਰੱਖ ਦੇ। ਆ ਲੈ ਮੈਂ ਉੱਤੇ ਦੇ ਪੱਤਾ ਰੱਖਤਾ, ਉਹ ਸਾਲੇ ਇੱਟ ਰੱਖਦਾ ਇਹਦੇ ਉੱਤੇ, ਕੀ ਰੱਖਦਾ ਇਹਦੇ ਉੱਤੇ? ਕੱਲਾ ਮੇਰੇ ਵੱਲੋਂ ਭਲਾ ਤੇਰਾ, ਆ ਮੇਰੀ ਆ ਦੇਲਾ ਤੇਰੇ ਸਾਹਮਣੇ ਖੱਬੀ ਬੈਠ ਕੇ ਚਲਾ ਗਿਆ। ਇਹ ਸ਼ਾਮ ਨੂੰ ਅੱਜ ਜਾ ਕੇ ਕਾਕੇ ਨੂੰ ਫੜਾ ਦੇਣੇ। ਮੈਨੂੰ ਤੂੰ ਨਾਲ ਲੈ ਕੇ ਚੱਲੀ, ਮੈਂ ਆਪ ਜਾ ਕੇ ਕਾਕੇ ਨੂੰ ਲੈ ਜਾਵਾਂ। ਸ਼ਾਮ ਨੂੰ ਕਾਕਾ ਕਹਿੰਦਾ ਵੀ ਮੈਂ ਉਹਦੀ ਤਬੀਅਤ ਠੀਕ ਨਹੀਂ ਆ ਗਈ, ਉਹ ਕਹਿੰਦਾ ਮੈਂ ਤੈਨੂੰ ਟੈਲੀਫੋਨ ਕਰੂੰਗਾ, ਉੱਥੇ ਆ ਜੀ, ਉੱਥੇ ਲੁੱਕ ਕੇ ਮਿਲਾਂਗੇ। ਕਾਕਾ ਦੰਦੀਆਂ ਕੱਢਦਾ, ਉਹ ਖਰੇ ਕਿੱਥੇ ਹੋਣਾ, ਮੈਂ ਤੈਨੂੰ ਕਿੱਥੇ ਲੱਭਦਾ ਫਿਰਾਂਗਾ ਯਾਰ। ਕਿੱਥੇ ਹੁਣ, ਆਪਣੀ ਮਾਂ ਨਾਲ ਹੀ ਹੁਣ ਉਹਦੇ ਕੁਛੜ ਚੱਕਿਆ ਹੋਣਾ ਕਾਕੇ ਨੂੰ ਤੂੰ, ਐਡਾ ਤੂੰ ਕਾਕਾ ਨਿਕਾ ਜਿਹਾ ਲਈ ਫਿਰਦਾ। ਗੁਰਬਤੇ ਗੁਰਬਤੇ ਗੁਰਬਤੇ, ਆ ਸਵੇਰੇ ਤੇਰੇ ਲਾਉਣ ਲੱਗਾ, ਸ਼ਾਮੀ 4 ਵਜੇ ਆਇਆ, ਸਵੇਰੇ ਵੀ ਆਉਣ ਲੱਗਾ ਸੀ। ਅੱਛਾ, ਸਵੇਰੇ ਤੇਰੇ ਲਾਉਣ ਲੱਗਾ, ਅੱਗੋਂ ਮਾਜੇ ਟੱਕਰ ਗਿਆ। ਉਹ ਕੌਣ ਆ ਜੀ? ਮਾਜਦ। ਉਹ ਕਿਹੜਾ ਮਾਜਦ? ਮੈਂ ਤਾਂ ਜਾਣਦਾ ਨਹੀਂ ਕਿਸੇ ਮਾਜਦ। ਉਹ ਬਾਬਡਾ 'ਚ ਜਿਹੜਾ ਲੱਗਾ ਸੀ। ਹੁਣ ਕੀ ਹੋਇਆ ਉਹਨੂੰ? ਉਹਨੂੰ ਕੀ ਹੋਣਾ ਯਾਰ, ਉਹ ਕਿਤੇ ਇੱਕ ਜਗ੍ਹਾ ਡੀਆਂ ਬਦਲਣ ਗਿਆ, ਟ੍ਰਾਂਸਫਾਰਮ ਲੱਗਾ ਸੀ। ਅੱਛਾ, ਉਹ ਕਿਤੇ ਘਰੋਂ ਫੋਨ ਆ ਗਿਆ, ਵਿੱਚ ਡੀਆਂ ਲਾਉਂਦੇ ਸੀ, ਐਂ ਕਰਕੇ ਕੰਨ ਨੂੰ ਫੋਨ ਲਾਇਆ, ਝਟਕਾ ਪਿਆ, ਥੱਲੇ ਜਾ ਪਿਆ, ਉਹਦਾ ਇੱਕ ਪਾਸਾ ਕੰਮ ਨਹੀਂ ਕਰਦਾ। ਚੱਲ ਦੂਜਾ ਤੇ ਕਰਦਾ ਨਾ, ਅੱਲਾ ਉਹਨੂੰ ਸਿਹਤ ਤੰਦਰੁਸਤੀ ਦੇ। ਨਹੀਂ ਨਹੀਂ, ਉਹਨੂੰ ਡਾਕਟਰਾਂ ਨੇ ਦੱਸਿਆ, ਡਾਕਟਰ ਨੇ ਕਿਹਾ ਕਿ ਰੁਪਈਆ ਲੱਗਣਾ 2 ਲੱਖ। ਤੇ ਡਾਕਟਰ ਲਾ ਦਵੇ ਤੇ ਕਿਹੜੀ ਗੱਲ ਆ, ਬੰਦਾ ਇਨਸਾਨੀ ਹਮਦਰਦੀ ਆ, ਬੰਦਾ ਲਾ ਹੀ ਦਿੰਦਾ, ਕਿਹੜੀ ਗੱਲ। ਯਾਨੀ ਕਿ ਤੂੰ ਜ਼ਿੰਦਗੀ ਦਾ ਦੁਰ ਫਿਟੇ ਮੂੰਹ ਕਰਾਉਣਾ? ਮੈਂ ਕਾਹਤੋਂ ਕਰਾਉਣਾ, ਮੈਂ ਮੇਰੇ ਡੀਆਂ ਫੁੜਕ ਜਵੇ ਉਹ। ਨਾ ਤੇ ਨਾ ਤੇ, ਇਹ ਆ ਦੇਖ।
ਆ ਨਵਾਂ 1000 ਰੁਪਈਆ ਮੈਂ ਮਾਜਦ ਦੇ ਨਾਂ ਦਾ, ਮਾਜਦ ਦੇ ਨਾਂ ਦਾ 1000 ਰੁਪਈਆ ਵੀ ਮਾਜਦ ਦੇ ਨਾਂ ਦੀ, ਆ 1000 ਰੁਪਈਆ ਮੈਂ ਮਾਜਦ ਦੇ ਨਾਂ ਦਾ ਰੱਖ ਦਿੱਤਾ। ਇਹ ਮਾਜਦ ਦਾ ਆਪਾਂ ਆਪਰੇਸ਼ਨ ਕਰਾ ਕੇ ਉਹਦਾ ਸੁੱਤਾ ਪਾਸਾ ਜਗਾਉਣਾ। ਉਹਦੇ ਪਾਸੇ ਨੂੰ ਨੀਂਦ ਪੂਰੀ ਕਰ ਲੈਂਦੇ, 8 ਘੰਟੇ ਸੌਂ ਜਾਊਗਾ ਸਵੇਰੇ, ਨਹੀਂ ਤਾਂ ਡਿੱਗਦਾ ਫਿਰ ਉਹਦਾ ਪਾਸਾ। ਓਏ ਉਹਦਾ ਪਾਸਾ ਕਿਹੜਾ ਲੂਮਾਂ ਤੇ ਲੱਗਾ ਵੀ ਰਾਤ ਨੂੰ ਸ਼ਿਫਟ ਲਾਉਂਦਾ, ਮੈਂ ਪਾਸੇ ਦੀ ਗੱਲ ਕਰਦਾ, ਉਹਦਾ ਜਿਸਮ ਇੱਕ ਪਾਸਾ ਕੰਮ ਨਹੀਂ ਕਰਦਾ। ਮੈਂ ਸਵੇਰ ਉਹਨੂੰ ਸਵੇਰੇ ਮਿਲ ਲਿਆ ਕੰਮ ਕਰਦਾ, ਉਹਦਾ ਪਿਓ ਕੰਮ ਕਰਦਾ, ਉਹਦਾ ਕੋਈ ਭੈਣ ਭਰਾ ਕੰਮ ਕਰਦਾ, ਉਹਦਾ ਕੋਈ ਬੱਚਾ ਕੰਮ ਕਰਦਾ। ਓ ਯਾਰ ਆ ਦੇਖ, ਆ ਥੋੜਾ ਥੋੜਾ ਮਿਲਕਰ ਬਹੁਤ ਹੋ ਜਾਂਦਾ ਹੈ। ਚੱਲ ਇਹ ਕਤਰਾ ਮੈਂ ਬਣ ਗਿਆ, ਛੱਪੜ ਤੂੰ ਬਣ ਜਾ। ਛੱਪੜ ਤੂੰ ਬਣ, ਗੰਦਾ ਛੱਪੜ ਬਣ ਤੂੰ, ਕਿਉਂਕਿ ਤੂੰ ਠੇਕੇਦਾਰ ਆ ਨਾ ਸਾਰੇ ਜਮਾਨੇ ਦਾ। ਮੈਂ ਤਾਂ ਤੁਰੀ ਜਾਣਾ ਕਾਫਲਾ ਲਈ ਜਾਣਾ। ਐਡਾ ਤੂੰ ਕਾਫਲਾ ਲਈ ਫਿਰਨ ਦੇ ਪੜੇ, ਤੂੰ ਨਾਲ 70 ਊਂਠ ਲੈ ਕੇ ਫਿਰਨ ਦੇ ਰੇਗਿਸਤਾਨ ਦੇ ਵਿੱਚੋਂ, ਮਾਮਾ ਕਾਫਲੇ ਦਾ। ਸਾਰੇ ਕਾਫਲੇ ਨੂੰ ਦੱਸਾਂਗਾ ਕਿ ਪੂਰੇ ਪਿੰਡ ਨੇ ਮਦਦ ਕੀਤੀ ਆ, ਸਿਟੀ ਨੇ ਨਹੀਂ ਕੀਤੀ। ਉਹਨਾਂ ਨੇ ਰਲ ਕੇ ਇੱਕ ਹਮ ਆਵਾਜ਼ ਹੋ ਕੇ ਕਵਾਂਗਾ, ਮੈਂ ਕਵਾਂਗਾ ਹਮ ਆਵਾਜ਼ ਹੋ ਕੇ ਬੋਲੋ ਵੀ ਸਿਟੀ ਤੇਰੀ ਜ਼ਿੰਦਗੀ ਤੇ ਲਾਨਤ। ਮੈਂ ਕਹੂੰਗਾ ਰਾਜੇ ਤੇਰੀ ਤਮਾਮ ਜ਼ਿੰਦਗੀ ਤੇ ਲਾਨਤ, ਤੇਰੇ ਤੇ ਬੇਸ਼ੁਮਾਰ ਤੇਰੀ ਤਮਾਮ ਜ਼ਿੰਦਗੀ ਤੇ। ਕਾਫਲਿਆਂ ਨੂੰ ਦੱਸੇਗਾ ਤੇ ਜਾ ਦੱਸ ਦੇ ਕਾਫਲੇ ਵਾਲੇ ਮੇਰੇ ਰਿਸ਼ਤੇਦਾਰ ਆ। ਕਰ ਭਲਾ ਸੋ ਭਲਾ, ਤੂੰ ਕਰੀ ਜਾ ਭਲਾ, ਮੇਰੇ ਗੱਲ ਕਿਉਂ ਪਾਇਆ ਭਲਾ, ਕਰ ਭਲਾ। ਅੱਛਾ ਬਈ ਮਾਜਦ, ਕਰੰਟ ਤੈਨੂੰ ਲੱਗਾ, ਲੈ ਕੇ ਜਾਂਦਾ ਦੁਨੀਆ ਤੇ ਕਹਿ ਕੇ ਜਾਈ ਵੀ ਸਿਟੀ ਤੁਰ ਫਿੜੇ ਮੂੰ ਤੇਰੀ ਜ਼ਿੰਦਗੀ ਦਾ। ਉਹ ਮੇਰੇ ਵੱਲੋਂ ਮਾਜਦ ਫੁੜਕ ਜੇ ਕਰੰਟ ਛੱਡ ਕੇ ਉਹਨੂੰ ਜਿਹੜੀ ਮਰਜ਼ੀ ਸ਼ਹਿ ਲੱਗ ਜੇ ਤੇ ਦੁਰ ਫਿੜੇ ਮੂੰ ਤੇਰੀ ਜ਼ਿੰਦਗੀ ਦਾ। ਓਏ ਉਹਦਾ ਇੱਕ ਪਾਸਾ ਕੰਮ ਨਹੀਂ ਕਰਦਾ ਕੋਈ ਗੱਲ। ਉਹ ਨਾ ਕਰੇ ਪਾਸਾ ਕੰਮ, ਉਹਨੂੰ ਕਹ ਪਾਸਾ ਲਵਾ ਦੇ ਆਪਣਾ। ਪਾਸਾ ਲਵਾ ਦੇ, ਉਹਨੂੰ ਕਹ ਉਹ ਗਾਣਾ ਸੁਣ ਲੈ, ਸਾਨੂੰ ਵੀ ਦੱਸ ਕੋਈ ਪਾਸਾ, ਤੇ ਅਸਾਂ ਮਾਈਆ ਕਿਤੇ ਵੰਜਣਾ। ਉਹਨੂੰ ਕਹ ਸੁਣੀ ਜਾ ਤੇਰਾ ਪਾਸਾ ਕੰਮ ਕਰਨ ਲੱਪੂ। ਓਏ ਮਾਰਾ ਪੈਸੇ ਤੇ ਦੁੱਖੋ ਇਲਾਜ ਨਹੀਂ ਕਰਾਉਂਦੇ ਆ। ਨਾ ਕਰੇ ਬਈ ਯਾਰ, ਮੈਂ ਲੈਡ ਹਸਪਤਾਲ ਲੱਗਾ। ਇਹ ਦੇਖ ਲਾ ਪਾਸਾ ਤੇਰਾ ਵੀ ਲੈ ਸਕਦਾ, ਐਡੀ ਕੋਈ ਗੱਲ ਨਹੀਂ। ਤੇਰਾ ਪਾਸਾ ਵੀ ਮੈਂ ਜਿਹਦਾ ਲਾਵਾਂ, ਤੈਨੂੰ ਪਾਸਾ ਪਛਾਣ ਹੀ ਨਾ ਹੋਵੇ ਤੇਰਾ। ਇਹੋ ਜੇ ਦੋਸਤ ਨੂੰ ਕਿ ਇੱਕ ਪੈਸੇ ਇੱਕ ਪਾਸੇ ਹੋ ਜਾਣਾ ਚਾਹੀਦਾ ਇੱਕ ਦੋਸਤ। ਤੂੰ ਵੀ ਇੱਕ ਪਾਸੇ ਹੋ ਜਾ। ਆ ਲੈ ਆ ਚੱਲ ਜੀ, ਥਾਂ ਦੀ ਕਿਸੇ ਦੀ ਮਾਜਦ ਦੇ ਨਾਂ ਦਾ ਮੇਰੇ। ਲੈ ਯਾਰ ਮਾਜਦ ਦੇ ਨਾਂ ਪਾ ਲੈ ਖੱਬੀ ਬੈਂਕ 'ਚ, ਮਾਜਦ ਦੇ ਨਾਂ ਦਾ ਕਰ ਲੈ ਜਕਾਤ ਕੱਢੀ। ਓਏ ਸ਼ਰਮ ਕਰ, ਆ ਮੰਗ ਤੇ ਆ ਫਕੀਰਾ ਸ਼ਰਮ ਕਰ। ਓਏ ਆ ਫੜ ਆਪਣਾ 200 ਲੱਗਾ ਤੂੰ ਮੈਨੂੰ ਗੱਲਾਂ ਸੁਣਾਉਣ। ਲੈ ਫੜਾ ਜਿੰਦਗੀ ਚ ਕੁਛ ਕਮਾਉਣਾ ਹੀ ਨਾ, 1000 ਦੇ ਦੇ ਕੋਈ ਹੈਗਾ ਮੈਂ ਤੈਨੂੰ। ਕਿਉਂ ਮੈਂ ਦੇ ਦਾ, ਤੂੰ ਸਾਈਕਲ ਲੈਣਾ 1000 ਦਾ, ਤੈਨੂੰ ਲੈ ਕੇ ਦਵਾਂ 1000। ਰੁਪਈਆ ਨੀ ਮੇਰਾ, ਉਹ 200 ਚ ਮੇਰਾ। ਓਏ ਫੜ ਆਪਣੇ ਪੈਸੇ, ਓ ਲਿਆ ਫੜਾ ਜੀਆ, ਤੂੰ ਚਬਲਾ ਮਾਰਨੇ ਆ, ਮੈਂ ਗੱਲਾਂ ਸੁਣਦਾ ਕਿਸੇ ਕੋ। ਆ ਫੜ ਰੁਪਈਆ 200 ਦੇ ਕੇ ਤੇ ਬੜਾ ਆਸਾਨ ਕਰ ਰਿਹਾ। ਆ ਫੜ ਚੱਲ ਨਿਕਲ ਇਥੋਂ, ਚੱਲ ਸਾਲਿਆ, 200 ਰੁਪਈਆ ਦੇ ਕੇ ਤੂੰ ਮੈਨੂੰ ਗੱਲਾਂ ਸੁਣਾਉਂਦੇ ਆ। ਇਹ ਮਰ ਜਾਣਾ ਇੱਕ ਦਿਨ, ਇਦਾਂ ਮਰ ਜਾਣਾ। ਤੂੰ ਨਹੀਂ ਮਰਦਾ, ਜਾਨ ਛੱਡ ਨਾ ਮੇਰੀ, ਜਾ ਮਾਂ ਮਾਰੋ ਕਿ ਗੱਡੀ ਆਉ ਤੇ ਸੜਕ ਚੱਲਣ ਦੇ, ਗੱਡੀ ਸੜਕ ਟੱਕ 'ਚ ਵੱਜ ਜਾ ਕੇ ਭਾਈ। ਇਹ ਮੈਂ ਕਹਿੰਦਾ ਸੀ ਤੈਨੂੰ ਮੌਕਾ ਨਾ ਆਵੇ, ਲੇਕਿਨ ਤੈਨੂੰ ਮੌਕਾ ਆਉਣਾ ਹੀ ਓ। ਕਿਹੜਾ ਮੌਕਾ ਆਉਣਾ ਏ, ਕਿਹੜਾ ਮੌਕਾ? ਇਹ ਮੌਕਾ ਹੋਣਾ ਹੀ ਕਿ ਹਰ ਬੰਦਾ ਕਹੂਗਾ ਵੀ ਛੇੜੀ ਤੇਰੀ ਜ਼ਿੰਦਗੀ ਦਾ ਦੁਰ ਫੜੇ ਮੂੰਹ ਤੇ। ਮੈਂ ਉਸ ਬੰਦੇ ਦੀ ਵੀ ਹਰਦੀ ਦੇ ਤੇ ਤੇਰੀ ਦੇ ਵੀ ਲਾਣ ਦੇ। ਓਏ ਫੜੇ 200 ਰੁਪਈਆ, ਲੈ ਫੜਾ, ਮਰਦਾ ਨਹੀਂ ਤੂੰ, ਚਵਲਾ ਮਾਰ ਲੈ। ਸਾਰੇ ਗਲ ਘੁੱਟ ਦੂੰ ਮੈਂ ਤੇਰਾ। ਪੈਸੇ ਵੇਖੇ ਆ, ਮੰਗਵੇਂ ਪੈਸੇ ਦੇਖੇ ਆ, ਮੰਗਤਾ ਫਕੀਰ ਕਿਸੇ ਥਾਂ ਦਾ। ਓਏ ਭਲੇ ਵਾਸਤੇ ਲੈ, ਸਾਰੀ ਜ਼ਿੰਦਗੀ ਮੰਗ ਮੰਗ ਖਾਦਾ, ਸ਼ਰਮ ਕਰ। ਓਏ ਗੈਰਤ ਦੀ ਗੱਲ ਨਾ ਕਰ, ਤੂੰ ਮੈਨੂੰ ਜਾਣਦਾ ਨਹੀਂ। ਮੈਂ ਜਾਣਦਾ ਤੈਨੂੰ, ਆ ਮੰਗਤੇ ਆ, ਉਹ ਫੁਕਰੇ ਆ, ਉਹ ਦਰ ਦਰ ਮੰਗਣ ਵਾਲੇ ਆ। ਮੈਂ ਤੇਰੇ ਪੈਸੇ ਰੱਖਦਾ ਹੀ ਨਹੀਂ। ਆ ਫੜ ਆਪਣਾ, ਆ ਕਿੰਨੇ ਪੈਸੇ ਦਿੱਤੇ ਤੂੰ? ਇੱਧਰ ਫੜਾ, ਇੱਧਰ ਫੜਾ। ਓਏ ਭਲਾ ਕਰ ਲੈਂਦੇ ਜੇ ਹੋਇਆ ਕਿਸੇ ਦਾ। ਦਰ ਦਰ ਚਵਲ ਕਿਸੇ ਥਾਂ ਦੀ। ਹੁਣ ਮੈਂ ਆ ਰਿਹਾ ਫੈਜੀ ਵੱਲ ਚੱਲਾਂ, ਕੋ ਪੁੱਛਣ ਨਾ ਬਾਈ ਜੀ ਕਿ ਤੈਨੂੰ ਪੈਸੇ ਮਿਲੇ ਕਿ ਨਹੀਂ ਮਿਲੇ। ਜਾ ਕੇ ਮਾਈ ਨੈਤਾ ਨੂੰ ਕਿ ਉਹ ਮਹਿਕਮੇ ਤੋਂ ਬੰਦਾ ਆਇਆ ਸੀਗਾ, ਰਾਜਾ ਮੰਗਦ ਤੈਨੂੰ ਪੈਸੇ ਦੇ ਕੇ ਗਿਆ ਕਿ ਨਹੀਂ? ਓਏ ਫੜ ਆਪਣਾ 200 ਰੁਪਈਆ, ਫੜ ਲਿਆ, ਫੜਾ ਫੜਾ।
ਕਿੱਥੇ ਸਿੱਟਾ ਮੈਨੂੰ ਦੱਸ ਆ ਇੱਥੇ ਕਿੰਨਾ ਕਿੱਥੇ ਮੇਰੇ ਕੋਲ ਕਿੱਥੇ ਸਿੱਟਣੇ ਸਾਰੀ ਜਹਾਨ ਦਾ ਪੈਸਾ ਇਕੱਠਾ ਕਰ ਲਿਆ ਤੂੰ ਮੰਗਤੇ ਆ ਨੇਕੀ ਦੇ ਨਾਂ ਤੇ ਲੋਕਾਂ ਕੋਲ ਪੈਸੇ ਇਕੱਠੇ ਕਰਦਾ ਡੁੱਬ ਕੇ ਮਰ ਉਹ ਖੂਹ ਚ ਮਰ ਜਾ ਕੇ ਚਵਲਾ